ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਇੱਕ ਐਸੀ ਸ਼ਖਸੀਅਤ ਤੁਹਾਡੇ ਰੂਬਰੂ ਹੋ ਰਹੇ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਾਰਾ ਸਮਾਂ ਮਨੁੱਖੀ ਹੱਕਾਂ ਲਈ ਸੰਘਰਸ਼ ਲਈ ਅਤੇ ਉਹ ਪੀੜਿਤ ਲੋਕ ਜਿਹੜੇ ਸਿੱਖ ਜੈਨੋਸਾਈਡ ਦੇ ਵਿਕਟਮ ਬਣੇ ਉਹਨਾਂ ਦੇ ਵਾਸਤੇ ਆਵਾਜ਼ ਉਠਾਉਂਦਿਆਂ ਲਾਇਆ ਅਤੇ ਕੋਈ ਵੀ ਮਸਲਾ ਹੋਵੇ ਉਸ 'ਤੇ ਬੜੀ ਬਰੀਕ ਸੂਝਬੂਝ ਰੱਖਣ ਵਾਲੇ ਸੁਪਰੀਮ ਕੋਰਟ ਆਫ ਇੰਡੀਆ ਦੇ ਸੀਨੀਅਰ ਮਾਨਯੋਗ ਵਕੀਲ ਅਤੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਉੱਘੇ ਆਗੂ ਸਰਦਾਰ HS ਫੂਲਕਾ ਸਾਡੇ ਨਾਲ ਸ਼ਾਮਲ ਨੇ ਜਿਨ੍ਹਾਂ ਨਾਲ ਇੱਕ ਖਾਸ ਮੁਲਾਕਾਤ ਇਸ ਮਾਧਿਅਮ ਦੇ ਰਾਹੀਂ ਹੋਏਗੀ। ਫੂਲਕਾ ਜੀ, ਸਮੂਹ ਦਰਸ਼ਕਾਂ ਦੇ ਵੱਲੋਂ ਸਭ ਤੋਂ ਪਹਿਲਾਂ ਬੜੇ ਸਤਿਕਾਰ ਸਹਿਤ ਜੀ ਆਇਆਂ ਨੂੰ ਨਿੱਘੀ ਸਵਾਗਤ ਹੈ ਜੀ। ਮੇਰੇ ਵੱਲੋਂ ਵੀ ਧਾਰੀਵਾਲ ਜੀ, ਤੁਹਾਡੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਫੂਲਕਾ ਸਾਹਿਬ, ਤੁਹਾਡੀ ਪਛਾਣ ਲੰਮੇ ਸਮੇਂ ਤੋਂ ਇੱਕ ਮਨੁੱਖੀ ਅਧਿਕਾਰਾਂ ਦੇ ਵਕੀਲ ਦੇ ਤੌਰ 'ਤੇ ਹੈ ਅਤੇ ਹੁਣ ਇੱਕ ਸਿਆਸਤ ਦੇ ਪਿੜ ਦੇ ਵਿੱਚ ਵੀ ਤੁਸੀਂ ਕਦਮ ਧਰਿਆ। ਕੀ ਵਜ੍ਹਾ ਬਣੀ ਕਿ ਤੁਹਾਡੇ ਵਰਗਾ ਸ਼ਖਸ ਜਿਸਨੇ ਇੰਨਾ ਸੰਘਰਸ਼ ਕੀਤਾ ਆਖਿਰਕਾਰ ਉਸਨੇ ਰਾਜਨੀਤੀ 'ਚ ਕਦਮ ਧਰਨ ਦਾ ਫੈਸਲਾ ਕੀਤਾ? ਦੇਖੋ, ਪਿਛਲੇ ਕਈ ਸਾਲਾਂ ਤੋਂ, ਤਕਰੀਬਨ 10-11 ਸਾਲਾਂ ਤੋਂ ਪੰਜਾਬ ਦੇ ਵਿੱਚ ਲਗਾਤਾਰ ਮੈਂ ਡਿਫਰੈਂਟ ਇਸ਼ੂਜ਼ ਦੇ ਉੱਤੇ ਕੰਮ ਕਰ ਰਿਹਾ ਸੀ। ਨਸ਼ਿਆਂ ਦੇ ਖਿਲਾਫ ਮਾਰਚ ਨਿਕਾਲਿਆ, 800 ਕਿਲੋਮੀਟਰ ਲੰਬਾ ਅਸੈਂਬਲੀ ਇਲੈਕਸ਼ਨ ਦੇ ਵਿੱਚ, ਉਸ ਤੋਂ ਪਹਿਲਾਂ HEPC ਇਲੈਕਸ਼ਨ 'ਚ ਵੀ ਨਸ਼ਿਆਂ ਦੇ ਖਿਲਾਫ ਮਾਰਚ ਨਿਕਾਲਿਆ, ਤਾਂ ਫਿਰ ਐਜੂਕੇਸ਼ਨ ਦੇ ਉੱਤੇ ਬੜਾ ਕੰਮ ਕੀਤਾ ਅਤੇ ਨਾਲ ਨਾਲ ਇੱਕ ਮੂਵਮੈਂਟ ਚਲਾਈ ਸੀ ਕਿਰਤ ਲਹਿਰ, ਉਹਦੇ 'ਤੇ ਕਿਸਾਨੀ ਨੂੰ ਸੁਧਾਰਨ ਦੇ ਵਾਸਤੇ ਕੰਮ ਕੀਤਾ। ਮਤਲਬ ਕਿ ਇਸੇ ਤਰ੍ਹਾਂ ਕਰਕੇ ਨਾ ਲਹਿਦਾ ਲਹਿਦਾ ਪ੍ਰੋਜੈਕਟਸ ਦੇ ਉੱਤੇ ਲਗਾਤਾਰ ਕੰਮ ਕਰਦੇ ਆ ਰਹੇ ਸੀ। ਹੁਣ ਜਦੋਂ ਇਹ ਮੇਰੇ ਵਰਗੇ ਹੀ ਲੋਕ, ਇਹ ਸੋਸ਼ਲ ਐਕਟੀਵਿਸਟ, ਸਮਾਜ ਸੇਵੀ, ਇਹਨਾਂ ਨੇ ਮਿਲ ਕੇ ਇਹ ਪਾਰਟੀ ਬਣਾਈ, ਅਤੇ ਉਸ ਟਾਈਮ ਦੇ ਉੱਤੇ ਮੈਂ ਵੀ ਇਹ ਸੋਚਿਆ ਕਿ ਜੇਕਰ ਇਹ ਪਾਰਟੀ ਜਿਹੜੀ ਹੈ ਇਹ ਪੰਜਾਬ ਦੇ ਵਾਸਤੇ ਸਹੀ ਆ, ਇਹ ਪਾਰਟੀ ਪੰਜਾਬ ਵਿੱਚ ਜ਼ਰੂਰ ਜਾਣੀ ਚਾਹੀਦੀ ਹੈ। ਉਸ ਵੇਲੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਜੇ ਪਾਰਟੀ 'ਚ ਆਓ, ਕਿਉਂਕਿ ਅਜੇ ਉਹਨਾਂ ਦਾ ਪੱਕਾ ਇਰਾਦਾ ਨਹੀਂ ਸੀ ਉਦੋਂ ਪੰਜਾਬ 'ਚ ਇਲੈਕਸ਼ਨ ਲੜਨ ਦਾ, ਉਹ ਜੇ ਵਿਚਾਰ ਹੀ ਬਣਾ ਰਹੇ ਸੀ। ਅਤੇ ਉਸ ਟਾਈਮ ਦੇ ਉੱਤੇ ਫਿਰ ਮੈਂ ਕਿਹਾ ਵੀ ਜੇਕਰ ਮੇਰੇ ਆਉਣ ਦੇ ਨਾਲ ਹੀ ਇਹ ਪਾਰਟੀ ਪੰਜਾਬ ਵਿੱਚ ਆਉਂਦੀ ਆ, ਅਤੇ ਨਾਲੇ ਜਿਹੜੇ ਕੰਮ ਮੈਂ ਕਰ ਰਿਹਾ, ਜੇਕਰ ਉਹ ਤੁਸੀਂ ਅਸੀਂ ਕੱਲ੍ਹ ਨੂੰ ਪਾਵਰ 'ਚ ਆਉਂਦੇ ਹਾਂ, ਅਤੇ ਉਹ ਮੈਨੀਫੋਲਡ ਜ਼ਿਆਦਾ, ਜਿੰਨੇ ਕੁ ਅਸੀਂ ਹੁਣ ਲਿਮਿਟਡ ਰਿਸੋਰਸਿਸ ਨਾਲ, ਲਿਮਿਟਡ ਮੈਨ ਪਾਵਰ ਦੇ ਨਾਲ ਕਰ ਸਕਦੇ ਹਾਂ, ਉਹੀ ਉਹ ਕੰਮ ਤੁਸੀਂ ਜਦੋਂ ਸਰਕਾਰੀ ਮਸ਼ੀਨਰੀ ਤੁਹਾਡੇ ਕੋਲ ਆ ਜਾਏ ਤਾਂ ਉਦੋਂ ਕਈ ਗੁਣਾ ਜ਼ਿਆਦਾ ਤੁਸੀਂ ਉਹ ਕਰ ਸਕਦੇ ਹੋ। ਤਾਂ ਫਿਰ ਇਹ ਸੋਚ ਕੇ ਫਿਰ ਮੈਂ ਪੋਲੀਟਿਕਸ ਜੁਆਇਨ ਕੀਤੀ ਜੀ। ਤੁਸੀਂ ਮੈਂਬਰ ਆਫ ਪਾਰਲੀਮੈਂਟ ਦੀ ਇਲੈਕਸ਼ਨ ਲੜੀ, ਬਹੁਤ ਸਾਰਾ ਉਤਸ਼ਾਹ ਮਿਲਿਆ, ਪਰ 3-4 ਧਿਰਾਵਾਂ ਅਲੱਗ ਅਲੱਗ ਵੰਡੀਆਂ ਹੋਈਆਂ ਸਨ ਵੋਟਾਂ ਦੀ ਵੰਡ ਦੇ ਵਿੱਚ, ਤੁਸੀਂ ਜਿੱਤ ਨਾ ਸਕੇ, ਲੇਕਿਨ ਬੜਾ ਉਤਸ਼ਾਹ ਮਿਲਿਆ। ਫੂਲਕਾ ਸਾਹਿਬ, ਰਾਜਨੀਤੀ ਦੇ ਇਸ ਦੌਰ ਦੇ ਵਿੱਚ ਜਦੋਂ ਇਹ ਖਿੱਚ ਤੋਂ ਇਸ ਕਿਸਮ ਦੀ ਚੱਲ ਰਹੀ ਹੈ, ਜਦੋਂ ਅੱਗੇ ਹਰ ਕੋਈ ਇਹ ਕਹਿੰਦਾ ਸੀ ਜਦੋਂ ਮਨੁੱਖੀ ਅਧਿਕਾਰਾਂ ਲਈ ਤੁਸੀਂ ਲੜਦੇ ਸੀ ਸਾਰੀਆਂ ਪਾਰਟੀਆਂ ਵੀ ਸਾਡੇ ਨਾਇਕ ਫੂਲਕਾ ਸਾਹਿਬ ਨੇ, ਅੱਜ ਤੁਹਾਡੇ ਉਲਟ ਨੁਮਾਇੰਦੇ ਖੜ੍ਹੇ ਕਰਕੇ ਇਲੈਕਸ਼ਨ ਲੜ ਕੇ ਫਿਰ ਉਹ ਦੇਖ ਰਹੇ ਨੇ ਕਿ ਕੀ ਸਹੀ ਹੈ ਅਤੇ ਕੀ ਗਲਤ ਹੈ, ਇਸ ਮਾਹੌਲ ਦਾ ਤੁਹਾਡੇ ਮਨ 'ਤੇ ਕੀ ਅਸਰ ਪੈ ਰਿਹਾ? ਦੇਖੋ, ਪਹਿਲਾਂ ਜਿਹੜਾ ਹੁਣ ਜੋ ਮੈਨੂੰ ਲੱਗ ਰਿਹਾ, ਉਦੋਂ ਤਾਂ ਮੈਂ ਚੀਜ਼ ਰਿਲਾਈਜ਼ ਨਹੀਂ ਸੀ ਕੀਤੀ, ਹੁਣ ਇਹ ਲੱਗ ਰਿਹਾ ਕਿ ਜਿਹੜੇ ਵੀ ਮੇਰੀ ਤਾਰੀਫ ਕਰਦੇ ਸੀ ਨਾ, ਉਹ ਮੇਰੇ ਕੰਮ ਦਾ ਫਾਇਦਾ ਲੈਣਾ ਚਾਹੁੰਦੇ ਸੀ ਕਿਵੇਂ ਨਾ ਕਿਵੇਂ, ਕਿ ਸਾਡੇ ਨਾਲ ਐਸੋਸੀਏਟਡ ਆ ਅਤੇ ਜੋ ਮੈਂ ਕੰਮ ਕੀਤਾ, ਜੋ ਉਹਦਾ ਆਪਣੇ ਨਾਲ ਫਾਇਦਾ ਲੈ ਕੇ ਆਪਣੇ ਆਪ ਨਾਲ ਐਸੋਸੀਏਟ ਕਰਦੇ ਸੀ। ਪਰ ਹੁਣ ਜਦੋਂ ਉਹਨਾਂ ਦੇਖਿਆ ਕਿ ਅਸੀਂ ਫਾਇਦਾ ਨਹੀਂ ਲੈ ਸਕਦੇ ਇਸ ਚੀਜ਼ ਦਾ, ਅਤੇ ਉਹ ਉਲਟ ਹੋ ਕੇ ਕਈ ਉਲਟ ਬੋਲਣ ਲੱਗ ਗਏ, ਕਈ ਆਪਣੀ ਆਪਣੀ ਮੁਖਾਲਫਤ ਕਰਨ ਲੱਗ ਗਏ। ਫੂਲਕਾ ਸਾਹਿਬ, ਤੁਸੀਂ ਜਿਹੜਾ ਮੁੱਦਾ ਚੁੱਕਿਆ, ਤੁਸੀਂ ਰਾਜਨੀਤੀ ਦੇ ਵਿੱਚ ਆ ਕੇ ਵੀ ਇੱਕ ਵਾਰ ਪਛਾਂਹ ਪੈਰ ਕਰ ਲਿਆ ਕਿ ਮੇਰਾ ਜਿਹੜਾ ਉਹ ਏਮ ਸੀ ਕਿਤੇ ਉਹ ਡਿਸਟਰਬ ਨਾ ਹੋਏ, ਉਹ ਸੀ ਜੈਨੋਸਾਈਡ ਦੇ ਵਿਕਟਮ ਅਤੇ ਉਹਨਾਂ ਲਈ ਜਸਟਿਸ ਦਾ, ਉਹਦੇ ਵਿੱਚ ਜਸਟਿਸ ਦਬਾਉਣ ਦੇ ਵਿੱਚ ਤੁਹਾਡੀ ਹੁਣ ਰਾਜਨੀਤੀ ਕੋਈ ਰੁਕਾਵਟ ਤਾਂ ਨਹੀਂ ਬਣੇਗੀ, ਜਾਂ ਕਿਸ ਤਰ੍ਹਾਂ ਉਸ ਨੂੰ ਤੁਸੀਂ ਬਕਾਇਦਾ ਇਨਸਾਫ ਦਿਓਗੇ? ਨਹੀਂ, ਉਹ ਰੁਕਾਵਟ ਬਿਲਕੁਲ ਨਹੀਂ ਬਣੇਗੀ। ਪਹਿਲੀ ਗੱਲ ਤਾਂ ਇੱਕ ਤਾਂ ਕਾਰਨ ਇਹ ਵੀ ਸੀ ਕਿ ਮੈਂ ਵੀ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਕੋਈ ਆਪਣੇ ਅਹੁਦਿਆਂ ਵਾਸਤੇ ਪੋਲੀਟਿਕਸ 'ਚ ਨਹੀਂ ਆਇਆ, ਮੈਂ ਤਾਂ ਸੇਵਾ ਕਰਨ ਲਈ ਆਇਆ। ਔਰ ਮੇਰਾ ਇਹ ਫਰਮ ਬਿਲੀਫ ਹੈ ਕਿ ਜੋ ਸੇਵਾ ਹੈ ਉਹ ਬਿਨਾਂ ਕਿਸੇ ਅਹੁਦੇ ਲਈ ਵੀ ਕੀਤੀ ਜਾ ਸਕਦੀ ਹੈ। ਦੂਸਰੀ ਗੱਲ, ਜਦੋਂ ਉਸ ਟਾਈਮ ਦੇ ਉੱਤੇ ਥੋੜ੍ਹੀ ਸਿਚੁਏਸ਼ਨ ਐਸੀ ਸੀ, ਟਾਈਟਲ ਨੂੰ ਕਲੀਨ ਚਿੱਟ ਦਿੱਤੀ ਸੀ ਮੋਦੀ ਸਰਕਾਰ ਨੇ, ਹੈਂ, ਅਤੇ ਦੂਜਾ ਸੱਜਣ ਕੁਮਾਰ ਦੇ ਕੇਸ ਵਿੱਚ ਜੱਜ ਗੜਬੜੀ ਕਰ ਰਿਹਾ ਸੀ, ਅਤੇ ਉਦੋਂ ਹਾਲਤ ਥੋੜ੍ਹੀ ਜਿਹੀ ਐਸੀ ਸੀ ਕਿ ਮੈਨੂੰ ਉਹ ਅਹੁਦੇ ਛੱਡਣ ਦਾ ਫੈਸਲਾ ਲੈਣਾ ਪਿਆ, ਪਾਰਟੀ ਨਹੀਂ ਸੀ ਛੱਡੀ ਮੈਂ। ਅਤੇ ਹੁਣ ਉਹ ਟਾਈਟਲ ਦੇ ਖਿਲਾਫ਼ ਜਿਹੜੀ ਕਲੀਨ ਚਿੱਟ ਸੀ ਦਿੱਤੀ CBI ਨੇ, ਉਹ ਵੀ ਅਸੀਂ ਕੋਰਟ 'ਚ ਰਿਜੈਕਟ ਕਰਾਤੀ, ਕੇਸ ਉਹ ਫਿਰ ਵਾਪਸ ਰੀਓਪਨ ਹੋ ਗਿਆ ਹੈ। ਉਹ ਸੱਜਣ ਕੁਮਾਰ ਦਾ ਕੇਸ ਵੀ ਜਿਹੜਾ ਜੱਜ ਗੜਬੜੀ ਕਰ ਰਿਹਾ ਸੀ, ਉਹ ਜੱਜ ਤੋਂ ਕੇਸ ਟ੍ਰਾਂਸਫਰ ਹਾਈਕੋਰਟ ਨੇ ਕਰ ਦਿੱਤਾ, ਦੂਸਰੇ ਜੱਜ ਕੋਲ ਆ ਗਿਆ।
ਅਤੇ ਉਹ ਤਾਂ ਹੁਣ ਉੱਥੇ ਜਿਹੜੇ ਸੀ ਉਹ ਫਿਰ ਲਾਈਨ ਦੇ ਉੱਤੇ ਆ ਗਏ। ਅਤੇ ਦੂਸਰਾ ਬੜਾ ਪਬਲਿਕ ਪ੍ਰੈਸ਼ਰ ਸੀ ਜੀ ਬਹੁਤ ਜ਼ਿਆਦਾ ਪੰਜਾਬ ਦੇ ਸਭ ਲੋਕਾਂ ਤੋਂ ਕਿ ਨਹੀਂ ਤੁਸੀਂ ਫਿਰ ਆਓ, ਸਾਨੂੰ ਬੜੀਆਂ ਉਮੀਦਾਂ ਨੇ। ਜੋ ਪਬਲਿਕ ਪ੍ਰੈਸ਼ਰ ਦੇ ਅੰਡਰ ਫਿਰ ਮੈਂ ਵਾਪਸ ਫਿਰ ਐਕਚੁਅਲ ਪੋਲੀਟਿਕਸ ਦੇ ਵਿੱਚ ਆਇਆ। ਤਾਂ ਪਰ ਨਾਲ ਦੀ ਨਾਲ ਦੇਖੋ ਇਹ ਜਿਹੜਾ ਇਸ਼ੂ ਹੈ ਜਿਹਦੇ 'ਤੇ ਮੈਂ ਇੰਨੀ ਦੇਰ ਕੰਮ ਕਰਦਾ ਆ ਰਿਹਾ ਉਹਦੇ ਉੱਤੇ ਆਈ ਵਿਲ ਇਨਸ਼ੋਰ ਇਟ ਕਿ ਉਹਦੇ 'ਤੇ ਕੋਈ ਉਲਟਾ ਅਸਰ ਬਿਲਕੁਲ ਨਾ ਪਵੇ ਬਲਕਿ ਫਾਇਦਾ ਹੋਵੇ। ਜਦੋਂ ਕੱਲ੍ਹ ਨੂੰ ਪਾਵਰ 'ਚ ਆ ਕੇ ਕਰਾਂਗੇ ਤਾਂ ਉਸਦਾ ਉਹਦੇ ਨਾਲ ਫਾਇਦਾ ਹੋਏਗਾ, ਨਾ ਕਿ ਕੋਈ ਉਲਟਾ ਅਸਰ ਹੋਏਗਾ। ਸਰਦਾਰ ਫੂਲਕਾ, ਬਹੁਤ ਸਾਰੇ ਇਹ ਮਹਿਸੂਸ ਕਰਦੇ ਨੇ ਕਿ ਤੁਸੀਂ ਜਿੱਥੇ ਉਸ ਕੰਮ ਲਈ ਸਮਰਪਿਤ ਹੋ ਉੱਥੇ ਦਿੱਲੀ ਦੇ ਵਿੱਚ ਤੁਹਾਡੀ ਆਪ ਦੀ ਸਰਕਾਰ ਬਣੀ ਹੈ, ਕੀ ਉਸ ਇਨਸਾਫ਼ ਦੀ ਲਹਿਰ ਦੇ ਵਿੱਚ ਕੁਝ ਸਹਿਯੋਗ ਮਿਲਿਆ, ਕੀ ਕੁਝ ਹਾਸਲ ਹੋਇਆ ਅਤੇ ਕੀ ਅਜੇ ਕਦਮ ਬਾਕੀ ਨੇ ਉਸ ਦੇ ਵਿੱਚ? ਦੇਖੋ ਇਹ ਸਰਕਾਰ ਨੇ ਪਿਛਲੀ ਵਾਰੀ ਬੰਦੇ ਸਾਰੇ ਜਦੋਂ 49 ਦਿਨ ਦੀ ਸਰਕਾਰ ਬਣੀ ਸੀ ਬੰਦੇ ਸਾਰੇ ਇਹਨਾਂ ਨੇ SIT ਬਣਾ ਦਿੱਤੀ ਸੀ ਇਹਦੇ ਵਾਸਤੇ, ਕਿਉਂਕਿ ਸਾਡੀ ਡਿਮਾਂਡ ਸੀ ਕਿ SIT ਬਣਾਓ। ਅਤੇ ਉਸ ਤੋਂ ਬਾਅਦ ਜਦੋਂ ਇਹ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਉਹ ਸੈਂਟਰ ਸਰਕਾਰ ਨੇ ਉਹ ਕੇਜਰੀਵਾਲ ਉਹਨੂੰ SIT ਨੂੰ ਰੋਕ ਦਿੱਤਾ, ਠੱਪ ਕਰ ਦਿੱਤਾ। ਹੁਣ ਇਹ ਮੋਦੀ ਸਰਕਾਰ ਨੇ ਵੀ ਉਸਨੂੰ ਠੱਪ ਕਰਕੇ ਰੱਖਿਆ। ਜਦੋਂ ਕੇਜਰੀਵਾਲ ਦੀ ਸਰਕਾਰ ਵਾਪਸ ਆਈ ਆ ਹੁਣ 2015 'ਚ 14-10 ਫਰਵਰੀ ਨੂੰ ਰਿਜ਼ਲਟ ਨਿਕਲਿਆ ਹੈ ਜੀ। 14 ਫਰਵਰੀ ਨੂੰ ਕੇਜਰੀਵਾਲ ਨੇ ਸਹੁੰ ਚੁੱਕਣੀ ਸੀ ਅਤੇ ਉਹਨਾਂ ਨੇ 12 ਫਰਵਰੀ ਨੂੰ ਨਵੀਂ SIT ਬਣਾਤੀ, ਮੋਦੀ ਸਰਕਾਰ ਨੇ ਬਣਾਤੀ, ਤਾਂ ਕਿ ਕੇਜਰੀਵਾਲ ਨਾ ਬਣਾ ਸਕੇ। ਵੀ ਜੇ ਕੇਜਰੀਵਾਲ ਬਣਾਊਗਾ ਆਪਣੀ ਮਰਜ਼ੀ ਦੇ ਅਫਸਰ ਲਿਆਊਗਾ। ਅਤੇ ਇਹਨਾਂ ਦੀ ਮੇਰਾ ਖਿਆਲ ਹੈ ਜੋ ਇੱਛਾ ਸੀ, ਪਹਿਲਾਂ ਤਾਂ ਇਹ ਲੱਗਦਾ ਸੀ ਕਿ ਇੱਛਾ ਇਹ ਆ ਕਿ ਕ੍ਰੈਡਿਟ ਲੈਣਾ ਚਾਹੁੰਦੇ ਆ, ਪਰ ਹੁਣ ਉਹ ਲੱਗ ਰਿਹਾ ਕਿ ਇਹ ਸਮਾਂ ਉਸਨੂੰ ਠੱਪ ਕਰਨਾ ਚਾਹੁੰਦੇ ਸੀ ਆਪਣੀ ਮਰਜ਼ੀ ਦੇ ਅਫਸਰ ਲਿਆ ਕੇ। ਹੁਣ 1 ਸਾਲ ਹੋ ਗਿਆ ਤੋਂ ਉੱਪਰ ਹੋ ਗਿਆ ਜਿਸ ਟਾਈਮ ਉਹ SIT ਬਣੇ ਹੋਏ, ਇੱਕ ਵੀ ਕੇਸ ਅੱਜ ਤੱਕ ਉਹਨਾਂ ਰੀਓਪਨ ਨਹੀਂ ਕੀਤਾ, ਜੋ ਕਿ 6 ਮਹੀਨੇ ਟੈਨਿਊਰ ਸੀ ਕਿ 6 ਮਹੀਨੇ ਦੇ ਅੰਦਰ ਉਹਨਾਂ ਨੇ ਆਪਣਾ ਕੰਮ ਪੂਰਾ ਕਰਨਾ, ਇੱਕ ਵੀ ਕੇਸ ਉਹਨਾਂ ਰੀਓਪਨ ਨਹੀਂ ਕੀਤਾ ਅੱਜ ਤੱਕ। ਸੋ ਤੁਹਾਡੀ ਜਿਹੜੀ ਸਰਕਾਰ ਹੈ ਆਪ ਦੀ, ਜਿਵੇਂ ਦਿੱਲੀ ਦੇ ਵਿੱਚ ਉਸ ਨੇ ਅਹੁਦਾ ਸਾਂਭਣ ਤੋਂ ਬਾਅਦ ਇਹਨਾਂ ਨੂੰ ਹੱਲ ਕਰਨ ਦੇ ਵਾਸਤੇ ਜੋ ਕਦਮ ਚੁੱਕੇ ਨੇ ਉਹਨਾਂ ਬਾਰੇ ਜ਼ਰੂਰ ਰੋਸ਼ਨੀ ਪਾਓ। ਦੇਖੋ ਪਹਿਲੀ ਗੱਲ ਤਾਂ ਉਹੀ, ਜਦੋਂ ਇਹ ਸਿਚੁਏਸ਼ਨ ਬਣ ਗਈ ਸੀ ਅਸੀਂ ਪਹਿਲਾਂ ਸੋਚ ਰਹੇ ਸੀ ਕਿ ਇੱਕ ਹੋਰ ਨਵੀਂ SIT ਬਣਾ ਦਿੱਤੀ ਜਾਵੇ। ਹਾਂਜੀ, ਮੇਰਾ ਤਾਂ ਵਿਊ ਜਿਹੜਾ ਸੀਗਾ ਕਿ ਹਾਂ ਬਣ ਸਕਦੀ ਹੈ, ਪਰ ਹੋਰ ਜਿਹੜੇ ਲੀਗਲ ਐਕਸਪਰਟ ਸੀ ਸਭ ਨੂੰ ਪੁੱਛਿਆ। ਹਾਂਜੀ, ਅਤੇ ਉਦੋਂ ਉਹਨਾਂ ਨੇ ਕਿਹਾ ਵੀ ਇਹ ਜੋ ਪੈਰਲ ਤੁਸੀਂ 2 ਬਣਾਓਗੇ ਇਹਨਾਂ ਦੇ ਵਿੱਚ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਜਾ ਕੇ ਉਹ ਮੁਲਜ਼ਮ ਫਾਇਦਾ ਲੈਣ ਦੀ ਕੋਸ਼ਿਸ਼ ਕਰਨਾ ਇਸ ਦੇ ਵਿੱਚ। ਤੋ ਇਸ ਕਰਕੇ ਉਹ ਨਹੀਂ ਬਣਾਈ, ਬਲਕਿ ਕੇਜਰੀਵਾਲ ਜੀ ਨੇ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਨੂੰ ਹੁਣੇ ਕਿ ਉਹੀ ਉਹ SIT ਜਿਹੜੀ ਤੁਹਾਡੀ ਹੈ ਉਹਨੂੰ ਤੁਸੀਂ ਉਹਨੂੰ ਕਹੋ ਕਿ ਕੰਮ ਥੋੜ੍ਹਾ ਜਲਦੀ ਕਰਨ, ਉਸਨੂੰ ਇਫੈਕਟਿਵ ਕਰੋ, ਉਹਦੇ 'ਤੇ ਜ਼ੋਰ ਪਾਇਆ ਜਾ ਰਿਹਾ। ਅਤੇ ਦੂਜਾ 5-5 ਲੱਖ ਰੁਪਏ ਜਿਹੜੇ ਕੰਪਨਸੇਸ਼ਨ ਦਿੱਤੀ ਆ ਉਹ ਵੱਲ ਦਿੱਤੀ ਆ। ਤੀਸਰਾ ਹੁਣ ਅਸੀਂ ਬਲਕਿ ਪੀੜਿਤਾਂ ਦੇ ਵਾਸਤੇ ਜਿਹੜੇ ਵਕੀਲ ਜਿਹੜੇ ਪੀੜਿਤਾਂ ਨੂੰ ਚਾਹੀਦੇ ਨੇ ਜੀ ਉਹਨਾਂ ਦੇ ਕੇਸਾਂ ਦੇ ਵਾਸਤੇ, ਉਹ ਵੀ ਕੇਜਰੀਵਾਲ ਨੇ ਕਿਹਾ ਵੀ ਸਾਡੇ ਕੋਲ ਜਿਹੜਾ ਹੋਊਗਾ ਅਸੀਂ ਸਰਕਾਰੀ ਖਰਚੇ 'ਤੇ ਉਹਨਾਂ ਨੂੰ ਵਕੀਲ ਦੇਵਾਂਗੇ। ਕੁਝ ਵਿਰੋਧੀਆਂ ਦੀ ਨਜ਼ਰ 'ਚ ਕਈ ਵਾਰ ਸਵਾਲ ਹੁੰਦੇ ਨੇ, ਅਤੇ ਤੁਸੀਂ ਇੱਕ ਬੜੇ ਸੁਲਝੇ ਅਤੇ ਦਾਨਿਸ਼ਮੰਦ ਇਨਸਾਨ ਨੂੰ ਬਿਹਤਰ ਦੱਸ ਸਕਦੇ ਹੋ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਜੋ ਕੰਮ ਕੀਤਾ ਉਹਨਾਂ ਨੂੰ ਤੁਸੀਂ ਦੱਸਿਆ। ਦੂਸਰੇ ਪਾਸੇ ਇੱਕ ਤਸਵੀਰ ਉਹਨਾਂ ਵਾਇਰਲ ਕੀਤੀ ਹੈ ਕਿ ਦੇਖੋ ਜੀ ਟਾਈਟਲਰ ਦੇ ਨਾਲ ਤਾਂ ਇਹ ਅਰਵਿੰਦ ਕੇਜਰੀਵਾਲ ਇਸ ਸਾਰੇ ਮਾਮਲੇ ਦੇ ਵਿੱਚ ਤਸਵੀਰਾਂ ਦੇ ਰਾਹੀਂ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਰਾਬਤੇ 'ਚ ਨੇ, ਜਾਂ ਕੁਝ ਇੱਕ ਐਸੇ ਮਾਮਲਿਆਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹ ਫਾਈਲਾਂ ਗੁੰਮ ਹੋ ਗਈਆਂ ਜਿਹੜੀਆਂ ਕਿ ਇੱਧਰ ਉੱਧਰ ਰਿਪੋਸ਼ ਕਰ ਦਿੱਤੀਆਂ ਗਈਆਂ, ਇਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ। ਦੇਖੋ ਜਿਹਨਾਂ ਨੇ ਫੋਟੋ ਦੇਖੀ ਆ ਉਹ ਫੋਟੋ 'ਤੇ ਸਾਫ਼ ਜ਼ਾਹਰ ਆ ਕਿ ਕੀ ਹਾਲਤ ਕੀ ਨੇ। ਹੁਣ ਐਂ ਮੈਂ ਬੈਠਾ ਕਿ ਪਿੱਛੋਂ ਆ ਜੇ ਅਤੇ ਮੈਂ ਕਰਕੇ ਐਂ ਹੱਥ ਦੇ ਦੇ, ਉਹ ਪਿੱਛੇ ਮੁੜ ਕੇ ਜਦੋਂ ਤੁਸੀਂ ਦੇਖੋਗੇ ਉਹ ਉਸੇ ਤਰ੍ਹਾਂ ਦੀ ਫੋਟੋ ਆ। ਉਹ ਪਿੱਛੋਂ ਆਇਆ, ਪਿੱਛੋਂ ਮੁੜ ਕੇ ਉਹ ਕਿਸੇ ਫੰਕਸ਼ਨ 'ਤੇ ਬੈਠੇ ਆ ਅਤੇ ਪਿੱਛੋਂ ਮੁੜ ਕੇ, ਬਲਕਿ ਇਸ ਤੋਂ ਇਲਾਵਾ ਉਹਦਾ ਕੋਈ ਲਿੰਕ ਨਹੀਂ, ਕੋਈ ਕਨੈਕਸ਼ਨ ਨਹੀਂ ਬਿਲਕੁਲ। ਔਰ ਉਦੋਂ ਬਾਅਦ ਉਹਨਾਂ ਨੇ ਮੋਦੀ ਨੂੰ ਸਰਕਾਰ ਨੂੰ ਚਿੱਠੀ ਵੀ ਲਿਖੀ ਕਿ CBI ਨੂੰ ਕਹੋ ਕਿ ਟਾਈਟਲ ਦੇ ਅਗੇਂਸਟ ਕੇਸ ਐਕਸਪੀਡੇਟ ਕਰੇ ਪੂਰੇ ਜ਼ੋਰਾਂ ਸ਼ੋਰਾਂ ਦੇ ਉੱਤੇ, ਜੋ ਟਾਈਟਲ ਦੇ ਅਗੇਂਸਟ ਕੇਸ ਦੇ ਪਰਸਿਊਤ ਦਿੱਲੀ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ ਕਿ ਕੀਤਾ ਜਾਵੇ, ਚਾਹੇ ਉਹ CBI ਦੇ ਅੰਡਰ ਆ, ਪਰ ਇਹ ਆਪਣੇ ਵੱਲੋਂ ਕੋਸ਼ਿਸ਼ ਕਰ ਰਿਹਾ ਕਿ ਉਹ ਪਰਸਿਊ ਕੀਤਾ ਜਾਵੇ। ਦੂਜੀ ਗੱਲ ਜਿਹੜੀ ਤੁਸੀਂ ਫਾਈਲ ਗੁੰਮ ਹੋਣ ਦੀ ਕੀਤੀ ਆ, ਉਹ ਫਾਈਲ ਕੋਈ ਗੁੰਮ ਨਹੀਂ ਸੀ ਹੋਈ, ਉਹ ਵੀ ਸ਼ਰਾਰਤ ਸੀ, ਕਿਉਂਕਿ ਉੱਥੇ LG ਦੇ ਅੰਡਰ ਸਾਰੇ IAS ਅਫਸਰ ਨੇ, ਉਹ ਜਾਣ ਕੇ ਉਹਨਾਂ ਨੇ ਸ਼ਰਾਰਤ ਖੜੀ ਕਰਨੀ ਸੀ। ਫਾਈਲ ਦਫ਼ਤਰ ਵਿੱਚ ਹੀ ਸੀ, ਅੱਛਾ ਫਾਈਲ ਦਫ਼ਤਰ ਦੇ ਵਿੱਚ ਹੀ ਸੀਗੀ, ਇਹਨਾਂ ਨੂੰ ਕਲਰਕ ਤੋਂ ਚਿੱਠੀ ਲਿਖਾਤੀ ਜੀ ਕਿ ਫਾਈਲ ਟਰੇਸ ਕੀਤੀ ਜਾਵੇ, ਫਾਈਲ ਉਸ ਦਫ਼ਤਰ 'ਚ ਹੀ ਸੀ। ਉਹ ਚਿੱਠੀ ਲੀਕ ਕੀਤੀ ਸ਼ਾਮ ਨੂੰ 5 ਵਜੇ ਤੋਂ ਬਾਅਦ, ਉਹ ਮੀਡੀਆ ਨੂੰ ਦੇਤੀ ਚਿੱਠੀ, ਉਹ ਹੋਮ ਮਿਨਿਸਟਰ ਨੂੰ ਸਾਰੇ ਫੋਨ ਕਰਨ, ਹੋਮ ਮਿਨਿਸਟਰ ਪਤਾ ਕਰੇ, ਉਹ ਕਹਿੰਦੇ ਦਫ਼ਤਰ ਬੰਦ ਆ, ਸਵੇਰੇ ਪਤਾ ਚਲੂ।
ਅਗਲੇ ਦਿਨ 11 ਵਜੇ ਜੋ ਪਤਾ ਚੱਲਿਆ ਉਹਨਾਂ ਨੇ ਕਿਹਾ ਜੀ ਫਾਈਲ ਤਾਂ ਇੱਥੇ ਪਈ ਹੈ। 11 ਵਜੇ ਉਹਨੇ ਲਿਆ ਕੇ ਮੀਡੀਆ ਨੂੰ ਦਿਖਾਤਾ ਕਿ ਆਹ ਪਈ ਹੈ ਜੀ ਫਾਈਲ, ਆਹ ਦੇਖੋ। ਉਦੋਂ ਤੱਕ ਇਹਨਾਂ ਨੇ ਆਲਰੇਡੀ ਚਲਾ ਕੇ ਮੀਡੀਆ ਦੇ ਵਿੱਚ ਉਦੋਂ ਕਿੰਨੇ ਰੌਲਾ ਪਾਤਾ ਸੀ। ਅੱਛਾ, ਦੂਜੀ ਗੱਲ ਅਗਲੀ, ਉਹ ਜਿਹੜੀ ਫਾਈਲ ਸੀ ਉਹਦਾ ਜਿਹੜੀ SIT 2014 'ਚ 49 ਦਿਨ ਦੀ ਸਰਕਾਰ 'ਚ ਬਣਾਈ ਸੀ, ਹਾਂਜੀ, ਉਹਦੇ ਨਾਲ ਰਿਲੇਟਡ ਕੋਈ ਛੋਟੀ ਫਾਈਲ, ਮਾਈਨਰ ਫਾਈਲ ਸੀ, ਮੇਨ ਫਾਈਲ ਤਾਂ ਸੀ ਹੋਰ ਸੀ, ਉਹਦੇ ਨਾਲ ਰਿਲੇਟਡ ਕੋਈ ਫਾਈਲ ਸੀ, ਉਹ SIT ਤਾਂ ਮੋਦੀ ਸਰਕਾਰ ਨੇ ਖੁਦ ਹੀ ਠੱਪ ਕਰਕੇ ਨਵੀਂ ਬਣਾਤੀ, ਅਤੇ ਇਸ ਪ੍ਰੈਜੈਂਟ SIT ਨਾਲ ਤਾਂ ਉਹਦਾ ਕੋਈ ਤਲਕ ਹੀ ਨਹੀਂ ਸੀ। ਇੱਕ ਇਸ਼ੂ ਇਹ ਵੀ ਖੜਾ ਕੀਤਾ ਗਿਆ ਖਾਸ ਤੌਰ 'ਤੇ ਸੱਤਾਧਾਰੀ ਪਾਰਟੀਆਂ ਵੱਲੋਂ, ਪੰਜਾਬ ਵੱਲੋਂ, ਕਿ ਕਿਸੇ ਸਮੇਂ HS ਫੂਲਕਾ ਇਹ ਗੱਲ ਦੀ ਤਾਰੀਫ ਕਰਦੇ ਰਹੇ ਕਿ ਮੈਨੂੰ ਵਕੀਲਾਂ ਦੀ ਟੀਮ ਦਿੱਤੀ ਗਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਉਹਨਾਂ ਦੇ ਸਾਥੀਆਂ ਵੱਲੋਂ ਮੈਨੂੰ ਸਹਿਯੋਗ ਦਿੱਤਾ ਗਿਆ, ਮੈਨੂੰ ਜਗ੍ਹਾ ਦਿੱਤੀ ਗਈ, ਅਤੇ 84 ਦੇ ਵਿੱਚ ਸੰਤਾਪ ਦੇ ਲਈ ਮੈਨੂੰ ਬੜਾ ਸਹਿਯੋਗ ਦਿੱਤਾ ਗਿਆ, ਅਤੇ ਹੁਣ ਉਹ ਸਾਡੀ ਆਲੋਚਨਾ ਕਰ ਰਹੇ ਨੇ, ਅਤੇ ਇਸ ਗੱਲ 'ਤੇ ਜਿਹੜਾ ਉਹਨਾਂ ਦਾ ਇਤਰਾਜ਼ ਹੈ ਜਾਂ ਦੋਸ਼ ਹੈ ਕਿੰਨਾ ਕੁ ਸਹੀ ਹੈ? ਦੇਖੋ, ਪਹਿਲੀ ਗੱਲ, ਜੋ ਉਹਨਾਂ ਨੇ ਦਿੱਤਾ ਮੈਂ ਹਮੇਸ਼ਾ ਕਿਹਾ, ਮੈਂ ਅੱਜ ਵੀ ਕਰਦਾ, ਮੈਂ ਸ਼ੁਰੂ ਤੋਂ ਹਮੇਸ਼ਾ ਹੀ ਕਿਹਾ ਕਿ ਜੀ 1985 'ਚ ਟੌੜਾ ਸਾਹਿਬ ਨੇ ਆਪਣਾ ਘਰ ਦਿੱਤਾ ਸੀ ਦਫ਼ਤਰ ਬਣਾਉਣ ਵਾਸਤੇ, ਐਡਾ ਵੱਡਾ ਕੰਮ ਸੀ। ਦੇਖੋ ਹੁਣ ਗੱਲ ਇਹ, ਰਿਸੋਰਸਿਸ ਤਾਂ ਇਹਨਾਂ ਕੋਲ ਹੈ ਨਾ, ਜੇ ਇਕੱਲਾ ਫੁਲਕਾ ਤਾਂ ਨਹੀਂ ਕਰ ਸਕਦਾ, ਇੰਨੇ ਕੇਸ ਆ ਤਾਂ ਪੂਰੀ ਪੂਰੀ ਟੀਮ ਚਾਹੀਦੀ ਹੈ ਉਹ ਟੀਮ ਦੇ ਵਿੱਚ। ਉਹ ਟੀਮ ਦੇ ਵਿੱਚ ਹੁਣ ਮੈਂ ਤਾਂ ਕੇਸ ਮੁਕਤ ਕਰ ਰਿਹਾ, ਦੂਜਾ ਤਾਂ ਤੁਸੀਂ ਐਕਸਪੈਕਟ ਹੀ ਨਾ ਕਰ ਸਕਦੇ। ਉਹਦੇ 'ਚ ਜਿਹੜੇ 4-5 ਵਕੀਲ ਹੋਰ ਸਨ, ਉਹ ਵੀ ਵਕੀਲ ਚੰਗੀ, ਅੱਛੀ, ਤਕੜੀ, ਸਟੈਂਡਿੰਗ ਵਾਲੇ ਵਕੀਲ, ਉਹਨਾਂ ਵਕੀਲਾਂ ਦੀਆਂ ਫੀਸਾਂ ਉਹ SGPC ਨੇ ਦਿੱਤੀਆਂ, ਮੈਂ ਹਮੇਸ਼ਾ ਹੀ ਕਿਹਾ SGPC ਨੇ ਦਿੱਤੀਆਂ, ਕੋਈ ਇਹ 'ਚ ਨਵੀਂ ਗੱਲ ਹੀ ਨਹੀਂ। ਪਰ ਉਸ ਤੋਂ ਉੱਪਰ ਜੋ ਹੋਰ ਕੰਮ ਕਰਨਾ ਚਾਹੀਦਾ ਉਹ ਨਹੀਂ ਕਰ ਰਹੇ, ਇਹ ਤਾਂ ਮੈਂ ਕਹਿ ਨਹੀਂ ਰਿਹਾ ਕਿ ਇਹਨਾਂ ਫੀਸਾਂ ਨੇ ਦਿੱਤੀਆਂ, ਉਹ ਦਿੱਤੀਆਂ ਇਹਨਾਂ ਨੇ ਔਰ ਉਹਨਾਂ ਵਕੀਲਾਂ ਨੂੰ ਫੀਸਾਂ ਦਿੱਤੀਆਂ ਔਰ ਉੱਥੋਂ ਤੱਕ ਹੀ। ਪਰ ਜੋ ਚੀਜ਼ਾਂ ਉਸ ਤੋਂ ਇਲਾਵਾ ਹੋਰ ਕਰਨੀਆਂ ਚਾਹੀਦੀਆਂ ਉਹਦੇ ਬਾਰੇ ਮੈਂ ਕਿਹਾ ਕਿ ਉਹ ਨਹੀਂ ਕਰ ਰਹੇ, ਇਹ ਵਾਰੀ ਵਾਰੀ ਇਹਨਾਂ ਉਹਨੂੰ ਘੁਮਾ ਕੇ ਉੱਤੇ ਲੈ ਕੇ ਆਉਂਦੇ ਆ। ਤੁਹਾਡੀ ਸਾਰਥਿਕ ਪਹੁੰਚ ਅਤੇ ਤੁਹਾਡੀ ਇਮਾਨਦਾਰੀ 'ਤੇ ਕਿਸੇ ਨੂੰ ਕਦੇ ਵੀ ਮੌਕਾ ਨਹੀਂ ਮਿਲਿਆ ਕਿ ਉਹ ਸਵਾਲ ਚੁੱਕ ਸਕੇ, ਪਰ ਇੱਕ ਗੱਲ 'ਤੇ ਸਵਾਲ ਵਾਰ ਵਾਰ ਖੜਾ ਕੀਤਾ ਜਾਂਦਾ ਕਿ ਅੱਜ ਤੁਸੀਂ ਰਾਜਨੀਤੀ ਦੇ ਵਿੱਚ ਆਏ ਹੋ ਅਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਇੱਕ ਸਿੱਖ ਚਿਹਰਾ ਜਿਹੜਾ ਪੰਜਾਬ ਦੀ ਨੁਮਾਇੰਦਗੀ ਕਰਦਾ, ਆਪ ਪਾਰਟੀ ਨੂੰ ਐਸਾ ਮਿਲਿਆ ਜਿਹੜਾ ਹੋ ਸਕਦਾ ਕਿ ਅਗਲੀ ਮੁੱਖ ਮੰਤਰੀ ਦੀ ਕੁਰਸੀ 'ਤੇ ਜਾ ਪਹੁੰਚੇ, ਪਰ ਇਹ ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਨੇ। ਲੇਕਿਨ ਆਲੋਚਨਾ ਇਹ ਕੀਤੀ ਜਾ ਰਹੀ ਹੈ ਕਿ ਜਿਹੜਾ ਫੂਲਕਾ ਸਾਹਿਬ ਦਾ 30 ਸਾਲ ਦਾ ਸਫ਼ਰ ਸੀ, ਜਿਹੜਾ ਇਨਸਾਫ ਦੇ ਲਈ ਜਸਟਿਸ ਸੀ, ਆਖਿਰਕਾਰ ਇਹ ਮੰਜ਼ਿਲ ਜਿਹੜੀ ਹੈ ਇਹ ਹਾਸਲ ਕਰਨ ਵਾਸਤੇ ਸੀ, ਇਹ ਦੋਸ਼ੀ ਜਿਹੜਾ ਇਹ ਦੋਸ਼ ਲਾ ਰਹੇ ਨੇ ਉਹਨਾਂ ਬਾਰੇ ਤੁਸੀਂ ਆਪਣੇ ਦਿਲ ਦੇ ਬਲਬਲੇ ਕੀ ਕਹਿਣੇ ਚਾਹੁੰਦੇ ਹੋ? ਮੇਰਾ ਖਿਆਲ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਊਗਾ ਕਿ 1984 'ਚ ਜਦੋਂ ਮੈਂ ਨਵੰਬਰ 'ਚ ਕੈਂਪਾਂ 'ਚ ਜਾਣ ਲੱਗਿਆ ਤਾਂ ਉਦੋਂ ਜਾਣ ਲੱਗਿਆ ਕਿ 2017 'ਚ ਜਾ ਕੇ ਮੈਨੂੰ ਕੋਈ ਪਦਵੀ ਮਿਲੂਗੀ, ਹੈਂ। 1985 ਜਦੋਂ ਮੈਂ ਮਿਸ਼ਰਾ ਕਮਿਸ਼ਨ ਦੇ ਵਿੱਚ ਮੁੱਖ ਵਕੀਲ ਬਣ ਕੇ ਭੇਜਦਾ ਹੋਇਆ, ਉਦੋਂ ਬਣਿਆ ਕਿ 30 ਸਾਲਾਂ ਦੇ ਬਾਅਦ 30 ਸਾਲ ਮੈਂ ਡਿੱਕੂੰਗਾ, ਉਸ ਤੋਂ ਮਗਰੋਂ ਕੋਈ ਪਾਰਟੀ ਆਊਗੀ, ਆਮ ਆਦਮੀ ਪਾਰਟੀ, ਇਹ ਜੀ ਪਾਰਟੀ ਆਊਗੀ। ਮੇਰਾ ਖਿਆਲ ਆ, ਹੈਂ, ਜੇ ਮੈਨੂੰ ਇੰਨਾ ਕੁਛ ਪਤਾ ਜੀ, ਫਿਰ ਤਾਂ ਮੇਰਾ ਖਿਆਲ ਮੇਰੇ ਨਾਲ ਵੱਡਾ ਅੰਤਰਜਾਮੀ ਕੋਈ ਹੈ ਹੀ ਨਹੀਂ। 30 ਸਾਲ ਪੂਰਾ ਮੈਂ ਕੋਈ ਅਹੁਦਾ ਨਹੀਂ ਲੈਂਦਾ, ਪੋਲੀਟੀਕਲ ਅਹੁਦਾ ਨਹੀਂ ਲਿਆ। ਜੇ ਮੈਂ ਕਰਨਾ ਹੁੰਦਾ ਨਾ, ਮੈਨੂੰ ਨਹੀਂ ਲੱਗਦਾ ਜੀ ਕਿਸੇ ਨੇ ਇੰਨੀ ਲੰਬੀ ਵੇਟ ਕੀਤੀ ਹੋਊਗੀ, ਹੈਂ। ਸਾਰੀ ਜ਼ਿੰਦਗੀ ਉਹ ਕਾਲੇ ਬਾਲ 28 ਸਾਲ ਦੀ ਉਮਰ 'ਚ ਸ਼ੁਰੂ ਕੀਤੇ ਆ, ਸਾਰੇ ਚਿੱਟੇ ਕਰ ਲਏ। ਜੇ ਲਾਲਚ ਹੁੰਦਾ ਤਾਂ ਇਹ ਪੋਲੀਟੀਕਲ ਪਦਵੀਆਂ ਤਾਂ ਪਹਿਲਾਂ ਲਿੱਤੀਆਂ ਜਾ ਸਕਦੀਆਂ ਸੀ, ਇੰਨੀ ਦੇਰ ਉਡੀਕਣ ਦੀ ਕੋਈ ਲੋੜ ਨਹੀਂ ਸੀ। ਸਰਦਾਰ ਫੂਲਕਾ, ਅੱਜ ਸਾਰੇ ਆਮ ਆਦਮੀ ਪਾਰਟੀਆਂ ਲਾ ਰਹੇ ਨੇ, ਬੱਚੇ ਕੁਝ ਕਾਂਗਰਸ ਦੇ ਨੇ, ਕੋਈ ਅਕਾਲੀਆਂ 'ਚੋਂ ਨੇ, ਕੋਈ ਹੋਰ ਪਾਰਟੀਆਂ 'ਚੋਂ ਨੇ, ਜਿਹੜੀ ਇਸ ਗੱਲ ਨੂੰ ਆਪ ਦੇ ਬਹੁਤ ਸਾਰੇ ਲੋਕ ਇਹ ਸੋਚ ਰਹੇ ਨੇ ਕਿ ਇਸ ਗੱਲ ਦਾ ਕੀ ਪਾਰਟੀ 'ਤੇ ਕੋਈ ਨਾ ਵਾਚੀ ਅਸਰ ਤਾਂ ਨਹੀਂ ਹੋਏਗਾ ਕਿ ਪਹਿਲੇ ਸਿਆਸਤ ਦੇ ਵਿੱਚ ਪਰਖੇ ਜਾਂ ਰੱਦ ਕੀਤੇ ਹੋਏ ਵਿਅਕਤੀ ਉਹਨਾਂ ਦੇ ਆਉਣ ਦੇ ਨਾਲ ਇੱਕ ਉਹੀ ਜਿਹੜੀ ਪੁਰਾਣੀ ਚੀਜ਼ ਦੁਬਾਰਾ ਦੁਹਰਾਈ ਜਾ ਸਕੇਗੀ? ਦੇਖੋ, ਐਸੀ ਕੋਈ ਗੱਲ ਨਹੀਂ। ਪਾਰਟੀ ਦੇ ਆਪਣੇ ਇਹ ਪਾਰਟੀ ਕੋਈ ਇੱਕ ਅਸੂਲ ਲੈ ਕੇ ਪੋਲੀਟਿਕਸ 'ਚ ਆਈ ਆ। ਪਹਿਲਾਂ ਤਾਂ ਇਹ ਕਾਂਗਰਸ ਅਕਾਲੀ ਦਲ ਇਹੀ ਸੀਗੇ। ਜੋ ਕੋਈ ਵਿਅਕਤੀ ਇਹਨਾਂ ਪਾਰਟੀਆਂ 'ਚ ਸੀਗਾ ਪਰ ਉਹ ਆਮ ਆਦਮੀ ਪਾਰਟੀ ਦੇ ਅਸੂਲਾਂ ਦੇ ਉੱਤੇ ਉਤਰਦਾ ਅਤੇ ਜੇ ਉਹ ਆਉਣਾ ਚਾਹੁੰਦਾ ਤਾਂ ਮੇਰੇ ਖਿਆਲ 'ਚ ਕੋਈ ਮਾੜੀ ਗੱਲ ਨਹੀਂ। ਜੇ ਉਹ ਅੱਜ ਕੱਲ੍ਹ, ਪਹਿਲਾਂ ਕੋਈ ਆਪਸ਼ਨ ਨਹੀਂ ਸੀ, ਅੱਜ ਆਪਸ਼ਨ। ਤੋ ਇਸ ਤਰ੍ਹਾਂ ਦਾ ਕੋਈ ਬੰਦਾ ਜਿਹੜਾ ਕਿ ਪਾਰਟੀ ਦੇ ਅਸੂਲਾਂ ਦੇ ਉੱਤੇ ਨਹੀਂ ਉਤਰਦਾ, ਐਸੇ ਕਿਸੇ ਬੰਦੇ ਨੂੰ ਕੋਈ ਟਿਕਟ ਨਹੀਂ ਦਿੱਤੀ ਜਾਏਗੀ। ਇੱਕ ਚੀਜ਼ ਜਿਹੜੀ ਬੜੀ ਮਹੱਤਵਪੂਰਨ ਹੈ, ਅੱਜ ਤੁਸੀਂ ਕੈਨੇਡਾ 'ਚ ਬੈਠੇ ਹੋ ਪਰ ਅੱਜ ਐਨ ਇਸ ਮੌਕੇ ਸੁਪਰੀਮ ਕੋਰਟ ਅੱਗੇ ਕੇਂਦਰ ਦੀ ਸਰਕਾਰ ਨੇ ਇਹ ਇਸ਼ੂ ਲਿਆ ਖੜਾ ਕੀਤਾ ਕਿ ਪੰਜਾਬ ਦੇ ਪਾਣੀਆਂ ਦੇ ਵਾਸਤੇ, ਦਰਿਆਈ ਪਾਣੀਆਂ ਨੂੰ ਕਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਬਣਾਇਆ ਗਿਆ ਉਹ ਕੀ ਸਹੀ ਹੈ ਜਾਂ ਗਲਤ ਹੈ।
ਅਤੇ ਉਸ ਤੋਂ ਬਾਅਦ ਹੁਣ ਹਾਲਾਤ ਇਹੋ ਜਿਹੇ ਬਣ ਗਏ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਇੱਕ ਵਾਰ ਫਿਰ ਪੰਜਾਬ ਲਈ ਵੱਡਾ ਗਹਿਰਾ ਚਿੰਤਾ ਦਾ ਵਿਸ਼ਾ ਬਣ ਗਿਆ। ਤੁਸੀਂ ਕਾਨੂੰਨਦਾਨ ਵੀ ਹੋ, ਵਕੀਲ ਵੀ ਹੋ ਅਤੇ ਤੁਸੀਂ ਇਸ ਵੇਲੇ ਇੱਕ ਪਾਰਟੀ ਦੇ ਆਗੂ ਵੀ ਹੋ, ਇਸ ਦੇ ਬਾਰੇ ਤੁਹਾਡਾ ਕੀ ਸਟੈਂਡ ਹੈ? ਦੇਖੋ, ਇਹ ਪੰਜਾਬ ਦਾ ਹੱਕ ਬਣਦਾ, ਬਿਲਕੁਲ ਪੰਜਾਬ ਦੇ ਪਾਣੀਆਂ ਦੇ ਪੰਜਾਬ ਦਾ ਹੱਕ ਬਣਦਾ, ਇਸ ਤਰ੍ਹਾਂ ਕੋਈ ਇਸ ਡਾਊਟ ਵਾਲੀ ਗੱਲ ਹੀ ਨਹੀਂ। ਮੈਂ ਲਗਾਤਾਰ ਹਮੇਸ਼ਾ ਇਸ ਉੱਤੇ ਸਟੇਟਮੈਂਟਾਂ ਦਿੰਦਾ ਆ ਰਿਹਾ ਕਿ ਜੋ ਪੰਜਾਬ ਦਾ ਪਾਣੀ ਆ ਉਹ ਤਾਂ ਪੰਜਾਬ ਦਾ ਹੱਕ ਆ ਔਰ ਪੰਜਾਬ ਨੂੰ ਮਿਲਣਾ ਚਾਹੀਦਾ। ਉਹ ਸੋ ਜਿਹੜੀ ਇਹ ਹੁਣ ਕਾਰਵਾਈ ਹੋ ਰਹੀ ਹੈ, ਕੇਂਦਰ ਕਰ ਰਿਹਾ ਅਤੇ ਪੰਜਾਬ ਦੇ ਵਿੱਚ ਵੀ ਭਾਜਪਾ ਸਰਕਾਰ ਦਾ ਗੱਠਜੋੜ ਹੈ, ਇਸ ਨੁਕਤੇ 'ਤੇ ਤੁਸੀਂ ਕੀ ਸਮਝਦੇ ਹੋ ਕਿ ਇਸ ਵਾਸਤੇ ਹੁਣ ਕੀ ਨੀਤੀ ਅਪਣਾਉਣੀ ਚਾਹੀਦੀ ਹੈ ਸਰਕਾਰ ਨੂੰ ਕਿ ਉਹ ਜਿਹੜਾ ਹੱਕ ਹੈ ਪੰਜਾਬ ਦਾ ਖੁੰਝ ਰਿਹਾ ਜਾਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦਾ ਸੰਕਟ ਆ ਰਿਹਾ, ਉਸ ਨੂੰ ਕਿਵੇਂ ਹੱਲ ਕੀਤਾ ਜਾਏ? ਦੇਖੋ, ਪਹਿਲੀ ਗੱਲ ਤਾਂ ਹੁਣ ਕੇਂਦਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਆ, ਅਕਾਲੀ ਦਲ ਉਹਨਾਂ ਦਾ ਭਾਈਵਾਲ ਆ, ਇਹਨਾਂ ਨੂੰ ਇਹ ਇਸ਼ੂ ਇਸ ਟਾਈਮ ਖਤਮ ਕਰਾਉਣਾ ਚਾਹੀਦਾ, ਇਹਨੂੰ ਇਹਦਾ ਸਲਿਊਸ਼ਨ ਕੱਢ ਕੇ ਪੰਜਾਬ ਦੇ ਪਾਣੀਆਂ ਦਾ ਹੱਕ ਤੋਂ ਪੰਜਾਬ ਨੂੰ ਹੀ ਦਿਵਾਉਣਾ ਚਾਹੀਦਾ। ਇੱਕ ਫੂਲਕਾ ਸਾਹਿਬ, ਤੁਸੀਂ ਕਿਉਂਕਿ ਸਾਰੇ ਮਸਲਿਆਂ ਦੀ ਗੱਲ ਕੀਤੀ ਹੈ, ਹੁਣ ਇਹ ਨਸ਼ਿਆਂ ਦੇ ਮਸਲਿਆਂ ਦੇ ਬਾਰੇ ਤੁਸੀਂ ਰੈਲੀਆਂ ਕੱਢਣ ਦੀ ਗੱਲ ਕੀਤੀ ਹੈ, ਪੰਜਾਬ ਦੀ ਜਵਾਨੀ ਨਸ਼ਿਆਂ ਦੀ ਗਲਤਾਨ ਦੇ ਵਿੱਚ ਪੂਰੀ ਤਰ੍ਹਾਂ ਇਸ ਵੇਲੇ ਗੜੋਂ 'ਚ ਆ, ਉਸ ਨੂੰ ਬਾਹਰ ਕੱਢਣ ਲਈ ਤਰੀਕਾ ਜਾਂ ਢੰਗ ਜਾਗਰੂਕਤਾ ਹੀ ਹੈ ਜਾਂ ਸਰਕਾਰੀ ਪੱਧਰ 'ਤੇ ਵੀ ਕੁਛ ਨਾ ਕੁਛ ਹੋਣਾ ਚਾਹੀਦਾ? ਬਹੁਤ ਕੁਛ ਹੋ ਸਕਦਾ, ਸਰਕਾਰੀ ਪੱਧਰ 'ਤੇ ਹੀ ਵਿੱਚ ਗੱਲ, ਇਕੱਲੀ ਜਾਗਰੂਕਤਾ ਨਹੀਂ ਹੈ। ਹਾਂ, ਜਾਗਰੂਕਤਾ ਵੀ ਬਹੁਤ ਐਮੀਨੈਂਟ ਹੈ, ਜ਼ਰੂਰੀ ਆ, ਉਹਦੇ ਨਾਲ ਨਾਲ ਸਰਕਾਰੀ ਪੱਧਰ ਦੇ ਉੱਤੇ। ਦੇਖੋ, ਪਹਿਲੀ ਗੱਲ ਤਾਂ ਜਿਹੜੀ ਸਪਲਾਈ ਬੰਦ ਕਰਨੀ ਆ, ਮਤਲਬ ਕਿ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਪਕੜਨਾ, ਉਹ ਸਰਕਾਰ ਦਾ ਕੰਮ ਆ। ਜੇ ਹੁਣ ਮੈਂ ਜੋ ਪਿੰਡਾਂ 'ਚ ਮੈਂ ਵੀ ਜਾਂਦਾ ਸੀ, ਤੁਸੀਂ ਵੀ ਜਾਂਦੇ ਹੋ, ਇੱਕ ਇੱਕ ਪਿੰਡ ਚਲੇ ਜਾਓ, ਪਿੰਡ ਪਿੰਡ 'ਚ ਘਰ ਬੱਚੇ ਨੂੰ ਪਤਾ ਕਿ ਇੱਥੇ ਸਾਡੇ ਪਿੰਡ 'ਚ ਕੌਣ ਵੇਚਦਾ, ਔਰ ਉਹ ਬੱਚੇ ਨੂੰ ਇਹ ਵੀ ਪਤਾ ਕਿ ਜਿਹੜਾ ਬੰਦਾ ਵੇਚਦਾ ਉਹਨੂੰ ਕਿਹੜੇ ਲੀਡਰ ਦੀ ਸ਼ੈ ਆ, ਇਹ ਵੀ ਪਤਾ। ਇਹ ਚੀਜ਼ ਬਿਲਕੁਲ ਖਤਮ ਹੋਏਗੀ, ਪੋਲੀਟੀਕਲ ਪ੍ਰੋਟੈਕਸ਼ਨ ਉਹਨਾਂ ਨੂੰ ਖਤਮ ਹੋਏਗੀ, ਬਲਕਿ ਜਿਹੜੇ ਵੇਚਦੇ ਆ ਉਹ ਗੈਰ ਕਾਨੂੰਨੀ ਕੰਮ ਕਰਦੇ ਆ, ਔਰ ਉਹਨਾਂ ਜੇਲ੍ਹਾਂ 'ਚ ਹੋਣਾ ਚਾਹੀਦਾ, ਉਹ ਜੇਲ੍ਹਾਂ 'ਚ ਹੋਣਗੇ। ਦੂਜੀ ਗੱਲ, ਜਿੱਥੋਂ ਤੱਕ ਰਹੀ ਨਾਲ ਨਾਲ ਡਿਮਾਂਡ ਚੈੱਕ ਕਰਨ ਦੀ ਗੱਲ, ਡੀ ਅਡਿਕਸ਼ਨ ਸੈਂਟਰ ਅੱਛੇ ਤੋਂ ਅੱਛੇ ਵਧੀਆ ਬਣਾਉਣੇ, ਸਰਕਾਰ ਦਾ ਕੰਮ ਆ। ਇਸ ਟਾਈਮ ਡੀ ਅਡਿਕਸ਼ਨ ਸੈਂਟਰ ਹੀ ਸਾਰੇ ਸਰਕਾਰੀ ਬੰਦ ਹੋਏ ਪਏ, ਠੱਪ ਪਏ ਆ, ਅਤੇ ਡੀ ਅਡਿਕਸ਼ਨ ਸੈਂਟਰ ਵਧੀਆ ਬਣਾਉਣਾ ਸਰਕਾਰ ਦਾ ਕੰਮ ਆ, ਔਰ ਉਹ ਬਣਾਉਣੇ ਚਾਹੀਦੇ ਆ। ਸਰ ਫੁਲਕਾ, ਇਹ ਆਮ ਕਰਕੇ ਰਾਜਨੀਤਿਕ ਲੋਕਾਂ ਦੀ ਪਹੁੰਚ ਹੈ ਕਿ ਵਾਅਦਿਆਂ ਅਤੇ ਲਾਰਿਆਂ ਦੇ ਨਾਲ ਥੁੱਕੀ ਬੜੇ ਪਕਾ ਦੇਣੇ, ਕਹਿ ਦੇਣੇ ਬਸ ਸਭ ਕੁਛ ਹੋ ਜਾਏਗਾ, ਸਾਰਿਆਂ ਨੂੰ ਮੁੰਡੇ ਦੇਈ ਜਾਣੇ ਲੱਕੜ ਦੇ ਅਤੇ ਉਸ ਤੋਂ ਬਾਅਦ ਨਤੀਜਾ ਕੁਝ ਨਾ ਨਿਕਲਣਾ। ਇਹ ਚੀਜ਼ ਦੀ ਰਾਜਨੀਤੀ ਜਿਹੜੀ ਹੈ ਉਸ ਤੋਂ ਹਟਵੀਂ ਜਿਹੜੀ ਤੁਸੀਂ ਆਏ ਹੋ, ਤੁਹਾਡੇ ਤੋਂ ਆਸ ਕੀਤੀ ਜਾ ਰਹੀ ਹੈ ਕਿ ਇਹੋ ਜਿਹੇ ਲਾਰੇ ਬਾਅਦ ਵੱਡੇ ਵੱਡੇ ਦਾਅਵੇ ਕਰ ਦੇਣੇ ਅਤੇ ਮੁੜ ਕੇ ਕੁਝ ਨਾ ਨਿਕਲਣਾ, ਚੋਣ ਮੈਨੀਫੈਸਟੋ ਨੂੰ ਮੁਕੰਮਲ ਤੌਰ 'ਤੇ ਲਾਗੂ ਕਰਨ ਅਤੇ ਉਸ ਨੂੰ ਇੱਕ ਲੀਗਲ ਡਾਕੂਮੈਂਟ ਦੇ ਤੌਰ 'ਤੇ ਅਖਤਿਆਰ ਕਰਨ ਦੇ ਕਦਮ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ, ਮੈਂ ਤੁਹਾਨੂੰ ਗੱਲ ਦੱਸਾਂ, ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਕੋਲ ਤਾਂ ਹੁਣ ਇਹਨਾਂ ਜਿਹੜੀਆਂ ਚਾਰ ਪਾਰਟੀਆਂ ਨੇ, ਹਾਂਜੀ, ਇਹਨਾਂ ਚਾਰਾਂ ਪਾਰਟੀਆਂ ਦਾ ਕਿਤੇ ਨਾ ਕਿਤੇ ਜਾਂ ਰਾਜ ਰਿਹਾ ਜਾਂ ਹੈਗਾ ਜਾਂ ਹੈ, ਉਹ ਚਾਰੇ ਪਾਰਟੀਆਂ ਲੋਕਾਂ ਦੇ ਸਾਹਮਣੇ ਆ। ਭਾਜਪਾ ਵੀ, ਅਕਾਲੀ ਦਲ ਵੀ, ਕਾਂਗਰਸ ਵੀ ਅਤੇ ਆਮ ਆਦਮੀ ਪਾਰਟੀ ਵੀ, ਉਹਨਾਂ ਚਾਰਾਂ ਨੇ ਦੂਜੀਆਂ ਜਗ੍ਹਾ 'ਤੇ ਜਾਂ ਇੱਥੇ ਜੋ ਪੰਜਾਬ 'ਚ ਪਹਿਲਾਂ ਰਾਜ ਸੀ ਉਹਨਾਂ ਨੇ ਕਿਵੇਂ ਕਿਵੇਂ ਕੀਤਾ ਉਹ ਤੁਸੀਂ ਸਾਹਮਣੇ ਦੇਖ ਲਓ। ਆਮ ਆਦਮੀ ਪਾਰਟੀ ਦਿੱਲੀ ਦੀ ਸਰਕਾਰ ਆ, ਉਹੀ ਦੇਖ ਲਓ, ਇੱਕ ਸਾਲ ਅਜੇ ਸਰਕਾਰ ਨੂੰ ਹੋਇਆ, ਚੋਣ ਮੈਨੀਫੈਸਟੋ ਦੇ ਆਲਮੋਸਟ ਸਾਰੇ ਪੁਆਇੰਟਸ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਵਾ, ਔਰ ਕਈਆਂ ਦੇ ਵਿੱਚ ਤਾਂ ਬਹੁਤ ਵੱਡੀ ਪ੍ਰੋਗਰੈਸ ਕੀਤੀ ਹੈ। ਨਾਲ ਦੀ ਨਾਲ ਤੁਸੀਂ ਕਾਂਗਰਸ ਵਾਲੇ ਅਤੇ ਇਹ ਅਕਾਲੀ ਦਲ ਵੀ ਦੇਖ ਲਓ, ਭਾਜਪਾ ਵੀ ਦੇਖ ਲਓ, ਉਹ ਜਾ ਕੇ ਚੋਣ ਮੈਨੀਫੈਸਟੋ ਨੂੰ ਚੁੱਕਦੇ ਪੰਜਵੇਂ ਸਾਲ 'ਚ, ਚਾਰ ਸਾਲ ਤਾਂ ਭੁੱਲੇ ਹੁੰਦੇ ਆ, ਚਾਰ ਸਾਲ ਤੋਂ ਜਸ਼ਨ ਮਿਲ ਕੇ, ਔਰ ਪਹਿਲਾ ਸਾਲ ਤੋਂ ਉਹਦਾ ਜਸ਼ਨਾਂ ਵਿੱਚ ਹੀ ਨਿਕਲਦਾ। ਇਹ ਆ ਰਹੀ ਇਹ ਅੱਛਾ, ਜਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਸੀਗੇ ਨਾ ਜੀ, ਦਿੱਲੀ ਦੇ ਲੋਕਾਂ ਨੇ ਤਾਂ ਇਹ ਆਮ ਆਦਮੀ ਪਾਰਟੀ ਦੇ ਅਤੇ ਕੇਜਰੀਵਾਲ ਦੇ ਵਾਅਦਿਆਂ 'ਤੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਸੀ, ਔਰ ਉਹ ਵਿਸ਼ਵਾਸ ਦੇ ਉੱਤੇ ਪੂਰਾ ਉਤਰੀ ਆ ਆਮ ਆਦਮੀ ਪਾਰਟੀ ਉੱਥੇ ਦਿੱਲੀ ਦੇ ਵਿੱਚ। ਹੁਣ ਤਾਂ ਸਾਡੇ ਸਾਹਮਣੇ ਐਗਜ਼ਾਮਪਲ ਹੈਗੀ ਆ ਕਿ ਜੋ ਅਸੀਂ ਦਿੱਲੀ 'ਚ ਕਰ ਰਹੇ ਹਾਂ ਉਹੀ ਉਹ ਕੁਛ ਆ ਕੇ ਅਸੀਂ ਪੰਜਾਬ 'ਚ ਕਰਾਂਗੇ, ਅਤੇ ਨਾਲ ਦੀ ਨਾਲ ਇਹ ਵੀ ਦੇਖ ਲਓ ਭਾਈ ਜੋ ਅਮਰਿੰਦਰ ਨੇ ਪਿਛਲੇ 5 ਸਾਲਾਂ 'ਚ ਕੀਤਾ ਉਹੀ ਜੇ ਅੱਗੇ ਪਾਵਰ 'ਚ ਆ ਗਿਆ ਤਾਂ ਉਹੀ ਕੁਛ ਕਰੂਗਾ, ਜੋ ਇਹ ਬਾਦਲਾਂ ਨੇ ਪਿਛਲੇ 10 ਸਾਲਾਂ 'ਚ ਕੀਤਾ ਜੇ ਸਰਕਾਰ 'ਚ ਆ ਗਏ ਤਾਂ ਉਹੀ ਉਹ ਕਰਨਗੇ।
ਇਹ ਤੁਹਾਡੇ ਸਾਹਮਣੇ ਆ, ਹੁਣ ਤੁਹਾਨੂੰ ਕਿਹੜੇ ਚਾਹੀਦੇ ਆ? ਫੁਲਕਾ ਸਾਹਿਬ, ਤੁਸੀਂ ਇਕੱਲਾ ਇਕੱਲਾ ਕਿਣਕਾ ਕਿਣਕਾ ਜੋੜ ਕੇ ਇੱਕ ਚੰਗਾ ਉਸਾਰ ਕਰਨ ਦੀ ਕੋਸ਼ਿਸ਼ 'ਚੋਂ ਅਤੇ ਤੁਹਾਡੀ ਸੋਚ ਨੂੰ ਸਲਿਊਟ ਹੈ, ਪਰ ਉਸੇ ਆਮ ਆਦਮੀ ਪਾਰਟੀ ਨੇ 4 MP ਪੰਜਾਬ ਤੋਂ ਬਣਾਏ ਅਤੇ ਚਾਰਾਂ ਨੂੰ ਲੋਕਾਂ ਨੇ ਬੇਅੰਤ ਸਹਿਯੋਗ ਦਿੱਤਾ ਅਤੇ ਤੁਸੀਂ ਬਿਲਕੁਲ ਐਨ ਉਸ ਕੋਨੇ 'ਤੇ ਸੀ, ਚਾਹੇ ਜਿੱਤ ਨਾ ਸਕੇ ਪਰ ਲੋਕਾਂ ਦਾ ਪਿਆਰ ਬੇਅੰਤ ਮਿਲਿਆ। ਪਰ ਉਹ ਚਾਰੇ ਦੇ ਚਾਰੇ ਇਸ ਵੇਲੇ ਕਿਸ ਹਾਲਤ ਦੇ ਵਿੱਚ ਨੇ? ਦੋ ਇੱਕ ਪਾਸੇ ਨੇ, ਦੋ ਇੱਕ ਪਾਸੇ ਨੇ। ਇਹੋ ਜਿਹੀ ਜੇ ਲੀਡਰਸ਼ਿਪ ਦਾ ਕੁੰਡਾ ਘੱਟ ਹੈ ਜਾਂ ਕੁਰਸੀ ਦੀ ਭੁੱਖ ਹੈ ਜਾਂ ਕੋਈ ਪਾਰਟੀ ਦੇ ਅੰਦਰ ਮਾੜੀ ਚੀਜ਼ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਦੇ, ਮਸਲਾ ਹੈ ਕੀ ਅਤੇ ਹੱਲ ਕੀ ਹੈ? ਜੇਕਰ ਇਹਨਾਂ ਜਿੰਨੇ ਵੀ ਅਸੀਂ ਇਕੱਠੇ ਹੋਏ ਹਾਂ ਨਾ ਪਾਰਟੀ ਵਿੱਚ, ਇਹ ਸਾਰੇ ਪੁਰਾਣੇ ਐਕਟੀਵਿਸਟ ਇਕੱਠੇ ਹੋਏ ਹਾਂ। ਐਕਟੀਵਿਸਟਾਂ ਦਾ ਕੀ ਕੰਮ ਹੁੰਦਾ? ਜਿੱਥੇ ਕੋਈ ਗੱਲ ਦੇਖੀ ਕਿ ਇਹ ਗੱਲ ਗਲਤ ਹੋ ਰਹੀ ਹੈ, ਮੇਰੇ ਮੁਤਾਬਕ ਗਲਤ ਹੋ ਰਹੀ ਹੈ, ਅਤੇ ਉੱਥੇ ਠੋਕ ਕੇ ਬਿਆਨ ਦੇਣੇ ਸ਼ੁਰੂ ਕਰਨੇ ਜੋ ਮੈਨੂੰ ਗਲਤ ਲੱਗਦੀ ਹੈ, ਠੀਕ, ਉੱਥੇ ਠੋਕ ਕੇ ਬਿਆਨ ਦੇਣੇ ਸ਼ੁਰੂ ਕਰਦੇ ਨੇ। ਜਦੋਂ ਤੁਸੀਂ ਪਾਰਟੀ 'ਚ ਆ ਜਾਂਦੇ ਹੋ ਤਾਂ ਇੱਕ ਡਿਸਿਪਲਿਨ ਵਿੱਚ ਆ ਜਾਂਦੇ। ਜੇ ਮੇਰੇ ਵਿਚਾਰ ਦੇ ਵਿੱਚ ਇਹ ਚੀਜ਼ ਗਲਤ ਆ ਪਰ ਦੂਜਿਆਂ ਦੇ ਵਿਚਾਰ ਵਿੱਚ ਨਹੀਂ ਹੈ ਤਾਂ ਮੈਨੂੰ ਚੁੱਪ ਕਰਨਾ ਚਾਹੀਦਾ, ਮਜੋਰਟੀ ਦੇ ਨਾਲ ਚੱਲਣਾ ਚਾਹੀਦਾ। ਹੁਣ ਗੱਲ ਇਹ ਆ ਕਿ ਮੇਰੇ ਕਈ ਵੀਰ ਜਿਹੜੇ ਪਾਰਟੀ ਵਿੱਚ ਆਏ ਸੀ ਉਹ ਵੀ ਪੁਰਾਣੇ ਐਕਟੀਵਿਸਟ ਸੀ ਜੀ, ਉਹਨਾਂ ਨੇ ਆਪਣੀ ਉਹ ਬੋਲਣ ਵਾਲੀ ਆਦਤ ਛੱਡੀ ਨਹੀਂ, ਮੈਂ ਬੜੀ ਮੁਸ਼ਕਿਲ ਨਾਲ ਛੱਡੀ ਹੈ ਜੀ। ਪਰ ਤੁਸੀਂ ਤਾਂ ਬਹੁਤ ਹੁਣ ਬਦਲਿਆ ਜੀ ਤੁਸੀਂ, ਕਿਉਂਕਿ ਜਦੋਂ ਤੁਹਾਨੂੰ ਅਦਾਲਤ ਦੇ ਵਿੱਚ ਕੇਸ ਲੜਦੇ ਜਾਂ ਕਈ ਵਾਰ, ਕਿਉਂਕਿ ਮੈਂ ਪਿਛਲੇ 1.5 ਦਹਾਕੇ ਦੌਰਾਨ ਇੱਥੇ ਦੇਖਿਆ ਅਤੇ ਇੱਥੇ ਸਮਾਗਮਾਂ 'ਚ ਵੀ ਦੇਖਿਆ, ਜਿਹੜੀ ਗੱਲ ਚੰਗੀ ਨਹੀਂ ਲੱਗਣੀ ਤੁਸੀਂ ਉਹ ਸਮਾਗਮ ਵੀ ਵਿੱਚ ਵਿਚਾਲੇ ਛੱਡ ਕੇ ਵੀ ਆ ਗਏ। ਮੈਂ ਕਿਹਾ ਦੇਖੋ ਹੁਣ ਗੱਲ ਇਹ ਆ, ਜੇ ਹੁਣ ਜੇ ਪੰਜਾਬ ਨੂੰ ਬਦਲਣਾ ਜੀ, ਜੇ ਲੋਕਾਂ ਦੀ ਉਮੀਦ ਪੂਰੀ ਕਰਨੀ ਆ ਜੀ ਤਾਂ ਉਹਦੇ ਵਾਸਤੇ ਬੜਾ ਕੁਛ ਕਰਨਾ ਪੈਣਾ, ਸੁਭਾਅ ਬਦਲਣਾ ਪੈਣਾ। ਪਹਿਲਾਂ ਤਾਂ ਆਪਣਾ ਹੀ ਸੁਭਾਅ ਬਦਲ ਰਿਹਾ, ਬਾਕੀ ਬਾਅਦ ਤਾਂ ਦੂਜੇ ਮੇਰੇ ਵੀਰ ਬਦਲ ਨਹੀਂ ਸਕੇ ਜੀ ਜੀ। ਜਿੱਥੇ ਕੋਈ ਚੀਜ਼ ਗਲਤ ਲੱਗੀ ਠਾਹ ਦੇ ਕੇ ਕਹਿਤਾ, ਬਲਕਿ ਇਹ ਨਹੀਂ ਕਿ ਜੀ ਮਜੋਰਟੀ ਇਸ ਚੀਜ਼ ਨੂੰ ਨਹੀਂ ਮੰਨਦੀ, ਅਪਚਾਰ ਆਪਣੇ ਆਪਣੇ ਹੁੰਦੇ ਆ ਜੀ, ਹਮੇਸ਼ਾ ਪਾਰਟੀ ਦੇ ਡਿਸਿਪਲਿਨ ਦੀ ਗੱਲ ਹੁੰਦੀ ਹੈ। ਪਰ ਜੇਕਰ ਕੋਈ ਗੱਲ ਕਰਨੀ ਹੈ ਤਾਂ ਪਾਰਟੀ ਦੇ ਅੰਦਰ ਕਰੋ ਜੀ, ਉਹਦੇ ਬਾਅਦ ਜੋ ਮਜੋਰਟੀ ਕਹਿੰਦੀ ਉਹਦੇ ਨਾਲ ਚੱਲੋ। ਫੁਲਕਾ ਸਾਹਿਬ, ਹੁਣ ਉਹ ਬੰਦੇ ਤਾਂ ਬੜੇ ਇਮਾਨਦਾਰ ਡਾਕਟਰ ਧਰਮਵੀਰ ਗਾਂਧੀ, ਕੋਈ ਸ਼ੱਕ ਨਹੀਂ ਉਹਦੇ, ਪਰ ਜੋੜੋ ਹੁਣ ਜੋੜਨ ਦਾ ਕੋਈ ਹੱਲ? ਜੋੜਨ ਦੀ ਗੱਲ ਉਹ ਦੇਖੋ, ਗੱਲ ਇਹ ਆ ਡਾਕਟਰ ਸਾਹਿਬ ਬੜੇ ਵਧੀਆ ਬੰਦੇ ਨੇ ਪਰ ਉਹ ਜੋਗਿੰਦਰ ਯਾਦਵ ਦੀਆਂ ਗੱਲਾਂ ਚੱਲ ਗਏ ਹੋਏ ਨੇ, ਉਹ ਜੋੜਨ ਤਾਂ ਜਦੋਂ ਮਰਜ਼ੀ ਆ ਜਾਣ, ਉਹ ਗੱਲ ਉਹ ਯਾਦਵ ਨੂੰ ਛੱਡ ਦੇਣਗੇ, ਆ ਜਾਣਗੇ ਪਾਰਟੀ ਕਿਸੇ ਵੀ ਟਾਈਮ ਆ ਜਾਣਗੇ। ਕੀ ਇਹ ਸੱਚ ਹੈ ਕਿ ਕੁਛ ਇੱਕ ਬੰਦਿਆਂ ਨੇ ਜਿਨ੍ਹਾਂ ਦੇ ਵਿੱਚੋਂ ਜੋਗਿੰਦਰ ਯਾਦਵ ਸੀ ਜਾਂ ਕੁਛ ਇਸ ਵੇਲੇ ਆਮ ਆਦਮੀ ਪਾਰਟੀ 'ਚ ਬੈਠੇ ਨੇ, ਤੁਹਾਨੂੰ ਵੀ ਚੋਣਾਂ 'ਚ ਹਰਾਉਣ ਦੇ ਵਾਸਤੇ ਕੋਸ਼ਿਸ਼ ਕੀਤੀ ਸੀ, ਕੀ ਇਹ ਸਹੀ ਹੈ? ਦੇਖੋ ਇਸ ਟਾਈਮ ਤਾਂ ਪਾਰਟੀ 'ਚ ਉਹਨਾਂ 'ਚ ਕੋਈ ਨਹੀਂ, ਸਾਰੇ ਜੋਗਿੰਦਰ ਯਾਦਵ ਦੇ ਨਾਲ ਬਾਹਰ ਚਲੇ ਗਏ ਆ। ਅੱਛਾ, ਜੋਗਿੰਦਰ ਯਾਦਵ ਦੇ ਪੂਰੇ ਗਰੁੱਪ ਨੇ ਪੂਰੀ ਕੋਸ਼ਿਸ਼ ਕੀਤੀ ਸੀ। ਦੇਖੋ ਗੱਲ ਇਹ ਆ, ਜੋਗਿੰਦਰ ਯਾਦਵ ਮੈਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਸੀ, ਮੇਰੇ ਨਾਲ ਅੱਛੇ ਕੋਂਟੈਕਟ ਸੀ, ਰਿਲੇਸ਼ਨ ਸੀ, ਔਰ ਪਾਰਟੀ ਦੇ ਵਿੱਚ ਆਉਣ ਦੇ ਟਾਈਮ 'ਤੇ ਮੈਂ ਉਹਦੇ ਨਾਲ ਹੀ ਗੱਲਾਂ ਕਰ ਰਿਹਾ ਸੀ, ਬਲਕਿ ਇਹ ਨਹੀਂ ਮੈਂ ਉਹਨੂੰ ਕਿਹਾ ਸੀ ਕਿ ਮੈਂ ਪਾਰਟੀ 'ਚ ਜੁਆਇਨ ਕਰ ਰਿਹਾ, ਬਲਕਿ ਵੈਸੇ ਅਦਰਵਾਈਜ਼ ਗੱਲਾਂ ਹੁੰਦੀਆਂ ਸੀ ਪੰਜਾਬ 'ਚ ਕੀ ਕਰ ਰਹੇ ਹੋ, ਕੀ ਨਹੀਂ ਕਰ ਰਹੇ, ਮੈਂ ਤੁਹਾਡੀ ਸਪੋਰਟ ਕਰੂੰਗਾ, ਜਿੱਥੇ ਜਿੱਥੇ ਮੇਰੀ ਸਪੋਰਟ ਆ, ਲਗਾਤਾਰ ਇੰਝ ਗੱਲਾਂ ਹੁੰਦੀਆਂ ਸੀ। ਜਿੱਦਾਂ ਮੈਂ ਪਾਰਟੀ ਜੁਆਇਨ ਕਰ ਲਈ, ਉਹਦੇ ਜੋਗਿੰਦਰ ਯਾਦਵ ਨੂੰ ਪਤਾ ਨਹੀਂ ਕੀ ਹੋ ਗਿਆ, ਇੱਕਦਮ ਉਲਟ, ਉੱਪਰ ਸੇ ਮੂੰਹੋਂ ਫੁਲਕਾ ਜੀ ਫੁਲਕਾ ਜੀ, ਅੰਦਰੋਂ ਪੂਰੀ ਦੇ ਪੂਰੇ ਕੱਟ ਉਹਨੇ। ਹੁਣ ਜੋ ਲੱਗ ਰਿਹਾ ਕਿ ਉਹਨੂੰ ਇਹ ਸੀ ਕਿ ਇਹ ਤਾਂ ਹੁਣ ਇਹ ਤਾਂ ਪੰਜਾਬ ਦੇ ਜਾ ਗਿਆ, ਪੰਜਾਬ ਤਾਂ ਡੋਮੀਨੇਟ ਕਰ ਜਾਏਗਾ, ਉਹ ਚਾਹੁੰਦਾ ਸੀ ਕਿ ਪੰਜਾਬ ਨੂੰ ਮੈਂ ਆਪਣੇ ਹੱਥ ਵਿੱਚ ਰੱਖਾਂ, ਪਾਰਟੀਆਂ ਲੜ ਕੇ ਉਹਨੇ ਪੰਜਾਬ ਲੈ ਲਿਆ, ਔਰ ਆਪਣੇ ਇਹੋ ਜਿਹੇ ਬੰਦੇ ਆਪਣੇ ਅਪੁਆਇੰਟ ਕਰ ਦਿੱਤੇ, ਉਹਨਾਂ ਲਿਆ ਕੇ ਮੇਰੇ ਉੱਪਰ ਬਿਠਾ ਕੇ ਉਹਨਾਂ ਨੂੰ ਪੂਰਾ ਮੇਰੇ ਉਲਟ ਸ਼ੁਰੂ ਕਰ ਦਿੱਤਾ। ਇਲੈਕਸ਼ਨ ਵਿੱਚ ਵੀ ਉਹਨਾਂ ਨੇ, ਉਹ ਵੈਸੇ ਮੇਰੇ ਪਲਾਨ ਫੁਲਕਾ ਜੀ ਕਿਆ ਪਲਾਨ, ਕੀ ਪਲਾਨ ਬਣਾਈਏ, ਕਿਵੇਂ ਕਰੀਏ ਆਪਾਂ, ਕੀ ਕਰੀਏ, ਬਾਹਰੋਂ ਮੈਨੂੰ ਪਤਾ ਲੱਗੇ ਮੀਡੀਆ ਵਾਲਿਆਂ ਤੋਂ ਕਿ ਜੇ ਤਾਂ ਸਾਡੇ ਕੋਲ ਆਏ ਸੀ ਕਿ ਫੁਲਕੇ ਦੇ ਖਿਲਾਫ ਆਰਟੀਕਲ ਲਿਖਣੇ ਆ। ਇਹੋ ਜਿਹੇ ਬੰਦੇ ਆ ਜੀ, ਇਹੋ ਜਿਹੇ ਬੰਦਿਆਂ ਦੀ ਆਮ ਆਦਮੀ ਪਾਰਟੀ 'ਚ ਕੀ ਲੋੜ ਆ? ਇਹ ਜਿਹੀ ਗੰਦੀ ਪੋਲੀਟਿਕਸ ਤਾਂ ਇਹ ਅਕਾਲੀ ਭਾਜਪਾ ਵਾਲੇ ਕਾਂਗਰਸ ਵਾਲੀ ਕਰਦੇ ਆ। ਸਰਦਾਰ ਫੁਲਕਾ, ਤੁਸੀਂ ਪੋਲੀਟਿਕਸ ਦੇ ਵਿੱਚ ਚੇਂਜ ਲਿਆਉਣ ਲਈ ਹਰ ਕਦਮ ਚੁੱਕ ਰਹੇ ਹੋ, ਪਰ ਉਸ ਦੇ ਨਾਲ ਜਿਹੜੀ ਇਸ ਵੇਲੇ ਕਿਸਾਨੀ ਦੀ ਸਥਿਤੀ ਹੈ ਪੰਜਾਬ ਦੇ, ਕਿਉਂਕਿ ਤੁਸੀਂ ਵੀ ਉਸ ਭਦੌੜ ਏਰੀਏ ਤੋਂ ਲੈ ਕੇ ਸਾਰੇ ਪੰਜਾਬ ਨੂੰ ਘੁੰਮੇ ਅਤੇ ਦਿੱਲੀ ਤੱਕ ਗਏ, ਪਰ ਤੁਸੀਂ ਕਿਸਾਨਾਂ ਦੀ ਹਾਲਤ ਦੇਖਦੇ ਹੋ, ਕਿਸਾਨਾਂ ਲਈ ਸਬਸਿਡੀਆਂ ਘੱਟ ਹੋ ਰਹੀਆਂ ਨੇ ਜਾਂ ਉਹਨਾਂ ਦੇ ਅੰਦਰ ਖੁਦਕੁਸ਼ੀਆਂ ਦਾ ਰੁਝਾਨ ਹੈ, ਕੇਂਦਰੀ ਬਜਟ ਦੇ ਵਿੱਚ ਵੀ ਉਹਨਾਂ ਲਈ ਕੋਈ ਯੋਗ ਸਥਾਨ ਨਹੀਂ ਹੈ, ਤੁਸੀਂ ਕਿਹੜੀ ਗੱਲ ਹੈ ਕਿ ਜਿਸ ਨੂੰ ਆਧਾਰ ਬਣਾ ਕੇ ਉਹਨਾਂ ਕਿਸਾਨਾਂ ਦੀ ਜਿਹੜੀ ਤ੍ਰਾਸਦੀ ਉਹਨੂੰ ਹੱਲ ਕਰਨ ਦੀ ਸੋਚ ਰਹੇ ਹੋ? ਦੇਖੋ ਇੱਕ ਤਰੀਕਾ, ਤਰੀਕੇ ਬਹੁਤ ਨੇ, ਇੱਕ ਤਰੀਕਾ ਐਸਾ ਜਿਹਦੇ 'ਤੇ ਮੈਂ ਆਪਣੇ ਲੈਵਲ ਦੇ ਉੱਤੇ ਜੀ ਔਰ ਸਾਡਾ ਜਿਹੜਾ ਗਰੁੱਪ ਉਹ ਕੰਮ ਕਰ ਰਿਹਾ ਪਿਛਲੇ 5-6 ਸਾਲ ਤੋਂ, 2010 ਤੋਂ ਲੈ ਕੇ ਕਰ ਰਿਹਾ। ਇੱਕ ਮੈਂ ਮੂਵਮੈਂਟ ਸ਼ੁਰੂ ਕੀਤੀ ਸੀ ਕਿਰਤ ਲਹਿਰ ਦੇ ਨਾਮ ਦੀ ਜੀ,
उस मूवमेंट के अंडर असी ये फार्मर्स कमीशन टाइप करके एक जगह जगह पर जाके ताकि किसानों की इनकम वधे उसे काम करना शुरू किया। कम्यूनिटी फार्मिंग असी काफ़ी डिवेलप किया और एक सेंटर उत्थे बनया असी मोगे इतने फिरोजपुर बनाया एक फिडे पिंड दे विच एक सेंटर बनया वा ते उहदे नाल कम्यूनिटी फार्मिंग ते सैल्फ हैल्प ग्रुप्स जी। अच्छा उस दे नाल ना जो किसानों की आमदन डेढ़ी दुगनी हो जाती है एको तरीका और वर्ल्ड बैंक का डायरेक्टर आके उस देख के गया क्योंकि वर्ल्ड बैंक भी इस टाइम कम्यूनिटी फार्मिंग जिहड़ा सपोर्ट करना चाहता उस दे अंडर जिहड़ा बीज आ वह वधिया देख के सिलेक्ट करके इकट्ठा लेके आईगा जिहड़े इनपुट्स ने सारे इकट्ठिया लिया दी उस तो बाद जी प्रोड्यूस आन जाके सीधे मंडी सट्टन के बजाय वह कट्ठे रल के उसू प्रोसैसिंग की जाती है प्रोसैस करके फिर मार्केट ली जाती है कट्ठे करके जॉइंटली कम्यूनिटी फार्मिंग का कॉन्सैप्ट एक बल्कि सब तो वही चीज़ आए यू अगे लैके जाया जाए बाकी यह होर भी बड़े तरीके ने गल तो सोचो तो सही कुछ करो तो सही इतने तेन तो फिक्र ही नहीं परवाह ही नहीं किसी फुलका साहब मैंने याद है कि खडूर साहब तो तुसी सफ़र शुरू किया एजुकेशन का बहुत सारे लोगों ने कृष्ण कुमार वर्गे IAS ऑफिसर थोड़े नाल इंटलैक्चुअल होर वर्ग यहोजे तुसी नॉन प्रॉफिटेबल ऑर्गेनाइजेशन चलाते रहे हो उस पैटर्न नू सरकारी पद्धर ते लागू करन दे वास्ते की तजवीज़ है। बिल्कुल करांगे जी उही चीज़ा मैं तो यही कहना कम तो असं उही करने जी जो पिछले तुसी कई सालों तो देख रहे हो है जे वो कम चंगे लगते हैं तो सानू ले आओ वही कम हुण असी कई गुना ज़्यादा अगे जो पावर होएगी सरकारी मशीनरी तुहाडे दी सपोर्ट नाल होएगी तो उही कम करांगे कई गुना ज़्यादा उतो करांगे। तुसी बड़ी बार कैनेडा आए हो तुहानू हरेक ने अखां विछा के प्यार दिता सत्कार किया पर इस फेरी के दौरान मैं देख रहा कुछ एक लोग तुहाडे विरोध दे विच भी उतर गए ने उही हरविंदर सिंह फूलका कि इसनों तुसी सियासी का चाल समझते हो या फिर कोई ऐसी गलबात है जिहड़ी कि अज पसंद नहीं आ रही उन्होंने गल्लां तो उही ने नवीं गल तो कोई नहीं अज वो मैनू एक पोलीटिकल पार्टी के विच देख रहे हैं पहला वो मैनू देखते सी कि पार्टी विच नहीं है तो मेरे नाल कई कई लोग ऐसे से जिहड़े कि नाल वैसे ही नाम एशिएट करना चाहते सी क्योंकि अज जिहड़े वो पोलीटिकल पार्टी के खिलाफ ने या दूजिया पार्टिया के पिछले हूँ पहला तुम कदम देखा कि जो अकाली दल ने पूरा जोर लाता कि फूलका कनेडा की फेरी से आया वा यद विजिट फेल करो हूँ तुम मीडिया चो तो नहीं पता कि जोर लगे वा कि बंदे उतो कहते स्पैशली आके इतने बैठे ने है तो यही वजह जी सो थोड़े मन से इसका कोई असर है ना ना कोई गल नहीं हूँ आदत पै गई है हाँ जिन्ना समा देखो इस टाइम हाल ये है बादल जिन्ना किसी को क्रिटिसाइज करे लोग उन्ना ही उन्होंने प्यार करे इस टाइम तो बादलों का यह हाल हो गया है तो कोई गल नहीं दूजे भी जोड़े करते कर अपनी मर्जी उन्होंने अपना काम करना अपना काम करना ये एक गल होर फूलका साहब तुम उसू कि तुम कई MP टुटे जोड़न की गल की है पर जो कैनेडा भी तुम देखते हो विद इन द पार्टी कई तरह डिवीजन नज़र आ रही ने वो भी एक दूजे धिर के पंजाब के कुछ आगुओं न जुड़े हुए हैं बजाय इस दे कि पंजाब के सुनहरी भविख लिए उन्होंने जोड़न वास्ते तुहाडे वर्गा दानिशमंद बंदा कुछ करन दी सोच रहा है। देखो गल ये आ भी ये तो हुण उन्होंने अपने समझना चाहिए कि उन्होंने की चाहिए बड़े लोग इत्थे तुसी इत्थे बैठे हो इत्थे तुसी देखते हो तुहाडे मिनिस्टर ते तुहाडे MLA वो किसी के अगे पिछे पुलिस दी गड्डियां नहीं किसी के हूटर नहीं किसी के ट्यूटू नहीं जिहड़ा बंदा हुण इस लालच विच कि मैं इत्थों उत्थे जावां मैनू पुलिस की सिक्योरिटी मिल जाएगी मैनू रैड लाइट की कार मिल जाएगी मैनू ये मिल जाएगी है जिहड़ा बंदा इस लालच विच जाके वो पंजाब दे लोकां दी उम्मीद दे उत्ते पानी फेर रहा ये तो फिर गलत गल है ना इन्हां नू की समझाए कोई इन्हां तां बाबा ही समझाऊगा मैं की समझा सकदा इन्हां नू। फूलका साहब हरब धालीवाल कैनेडा के पहले पंजाबी मंत्री कैनेडा की धरती से इतिहास रचिया पिछले दिन वो गए सन अरविंद केजरीवाल के इकट्ठे मैं नज़र देखिया कि एक समागम के विचार साझी कर रहे सन तुसी कैनेडा के पोलीटिशन की गल की तुसी कई मुख्यमंत्रियों को मिले हो कई मंत्रियों को मिले हो इस फेरी के दौरान जिहड़ा पैटर्न इत्थे सिस्टम है
ਇੱਕ ਕੈਬਨਿਟ ਦਾ, ਇੱਕ ਸ਼ੈਡੋ ਕੈਬਨਿਟ ਦਾ, ਪਰਛਾਵਾਂ ਰਾਜਨੀਤੀ ਦਾ ਨਾਲੋਂ ਨਾਲ ਚੱਲਦਾ। ਤੁਸੀਂ ਇਸ ਸਾਰੀ ਫੇਰੀ ਤੋਂ ਓਬਜ਼ਰਵ ਕਰਕੇ ਕੀ ਸੁਨੇਹਾ ਜਿਹੜਾ ਉੱਥੇ ਲੈ ਕੇ ਜਾਣਾ ਚਾਹੁੰਦੇ ਹੋ? ਦੇਖੋ ਗੱਲ ਇਹ ਆ, ਇਹ ਸ਼ੈਡੋ ਕੈਬਨਿਟ ਵਾਲਾ ਕਨਸੈਪਟ ਬੜਾ ਅੱਛਾ, ਪਰ ਇਹ ਉਦੋਂ ਹੁੰਦਾ ਜਦੋਂ ਓਪੋਜੀਸ਼ਨ ਕਾਫੀ ਸਟਰੋਂਗ ਹੋਵੇ, ਉਸ ਟਾਈਮ 'ਤੇ ਜਾ ਕੇ ਬਣ ਜਾਂਦਾ। ਪਰ ਇਹ ਵੀ ਚੀਜ਼ਾਂ ਹਨ, ਪਰ ਇੱਥੇ ਜਿਹੜੀ ਅਸਲੀ ਜਿਹੜੀ ਹੈ, ਇੱਥੇ ਲੋਕਾਂ ਦੇ ਵਿੱਚ ਇੰਨੀ ਕੁ ਉਤਸਾਹ, ਇੰਨੀ ਕੁ ਉਮੀਦ ਹੈ। ਇੱਥੇ ਦੇ ਲੋਕ ਪੰਜਾਬ ਦੇ ਸਿਸਟਮ ਤੋਂ ਬਹੁਤ ਹੀ ਜ਼ਿਆਦਾ ਤੱਪੇ ਨੇ, ਔਰ ਕਿਉਂਕਿ ਤੁਹਾਨੂੰ ਪਤਾ, ਤੁਸੀਂ ਇਹ ਦੇਖਿਆ ਕਿ ਅਸਲੀ ਡੈਮੋਕ੍ਰੇਸੀ ਕੀ ਹੁੰਦੀ ਆ, ਉਹ ਪੰਜਾਬ ਵਾਲਿਆਂ ਦਾ ਪਤਾ ਹੀ ਨਹੀਂ ਹੁੰਦਾ। ਉਹਨਾਂ ਦਾ ਇਹੀ ਆ ਕਿ ਇਹ ਡੈਮੋਕ੍ਰੇਸੀ ਹੁੰਦੀ ਆ ਜੀ, ਜੇ ਅਸੀਂ ਜਾ ਕੇ ਆਪਣੀ ਫਰਜ਼ ਬਣਾਉਣੀ ਆ ਤਾਂ ਪਟਵਾਰੀ ਦਾ ਪੈਸੇ ਦੇਣੇ ਦੇਣੇ ਆ ਯਾਰ, ਬਿਨਾਂ ਪੈਸੇ ਤੋਂ ਕਿਵੇਂ ਕਰ ਦੂ, ਕਿਹੜਾ ਪਟਵਾਰੀ ਪਾਗਲ ਹੋ, ਬਿਨਾਂ ਪੈਸੇ ਤੋਂ ਕਰ ਦੂਗਾ? ਹੈਂ, ਜੇ ਤੁਸੀਂ ਰਾਸ਼ਨ ਕਾਰਡ ਬਣਾਉਣਾ ਅਤੇ ਤੁਸੀਂ ਕੋਈ ਹੋਰ ਆਪਣਾ ਕੋਈ ਸਰਟੀਫਿਕੇਟ ਬਣਾਉਣਾ, ਤਾਂ ਐਮ ਐਲ ਏ ਦੇ ਘਰ ਜਾ ਕੇ ਕਰਦੇ ਅੱਗੇ ਲਾਈਨ ਬਣਾਉਣੀ ਹੀ ਬਣਾਉਣੀ ਹੈ। ਉਹਨਾਂ ਲੋਕਾਂ ਤੋਂ ਹੀ ਆ ਕਿ ਇਹੀਓ ਡੈਮੋਕ੍ਰੇਸੀ ਹੁੰਦੀ ਹੈ। ਇਹ ਤਾਂ ਤੁਸੀਂ ਇੱਥੇ ਆ ਕੇ ਦੇਖਣਾ ਡੈਮੋਕ੍ਰੇਸੀ ਕੀ ਹੁੰਦੀ ਹੈ। ਅਤੇ ਹੁਣ ਤੁਸੀਂ ਲੋਕਾਂ ਨੇ ਜਿਹੜੇ ਉੱਥੇ ਜਾ ਕੇ ਉਹਨਾਂ ਨੂੰ ਦੱਸ ਰਹੇ ਹੋ ਵੀ ਇਹੋ ਜਿਹਾ ਸਿਸਟਮ ਵੀ ਇੱਥੇ ਆ ਸਕਦਾ ਜੀ, ਅਤੇ ਇਹਦੇ 'ਚ ਮੈਂ ਸਮਾਂ ਤੁਹਾਡੇ ਇੱਥੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਬੜਾ ਵੱਡਾ ਰੋਲ ਆ ਤੁਹਾਡਾ ਇਹ ਪੰਜਾਬ ਦੇ ਵਿੱਚ ਇਸ ਸਿਸਟਮ ਨੂੰ ਚੇਂਜ ਕਰ ਲਈ, ਇਹ ਪ੍ਰੈਸ ਸਿਸਟਮ ਨੂੰ ਖਤਮ ਕਰਨ ਲਈ ਤੁਹਾਡਾ ਲੋਕਾਂ ਦਾ ਬਹੁਤ ਵੱਡਾ ਰੋਲ ਹੈ। ਅਖੀਰ 'ਚ ਫੁਲਕਾ ਸਾਹਿਬ, ਜਿੱਥੇ ਸਮੂਹ ਦਰਸ਼ਕਾਂ ਵੱਲੋਂ ਧੰਨਵਾਦ ਹੈ, ਇਹ ਜਾਣਦਿਆਂ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਕਿ 2017 ਦੀਆਂ ਚੋਣਾਂ 'ਚ ਤੁਹਾਡੀ ਅੱਜ, ਮੈਂ ਭਵਿੱਖਬਾਣੀ ਦੀ ਗੱਲ ਤਾਂ ਬੜੇ ਹਾਸੇ ਨਾਲ ਕਹਿ ਰਿਹਾ ਕਿ ਜਿਹਨਾਂ ਲੋਕਾਂ ਨੇ ਇਹ ਕਿਹਾ ਅੱਜ ਮੁੱਖ ਮੰਤਰੀ ਬਣਨ ਲਈ ਸਰਦਾਰ ਫੂਲਕਾ ਨੇ ਇਹ ਸਫ਼ਰ ਤੈਅ ਕੀਤਾ, ਅਤੇ 31 ਸਾਲ ਵਾਲੀ ਤੁਸੀਂ ਕਿਹਾ ਕਿ ਮੈਥੋਂ ਵੱਡਾ ਭਵਿੱਖਬਾਣੀ ਕਰਨ ਵਾਲਾ ਕਿਹੜਾ ਹੋ ਸਕਦਾ ਜੇ ਇਹੋ ਜਿਹੀ ਗੱਲ ਹੈ? ਪਰ ਹੁਣ ਤਾਂ ਗੱਲ ਅਗਲੇ ਵਰ੍ਹੇ ਦੀ ਹੈ, ਕਿੰਨੀਆਂ ਕੁ ਸੀਟਾਂ ਤੁਹਾਡੀ ਪਾਰਟੀ ਲਿਜਾ ਸਕਦੀ ਹੈ, ਅਤੇ ਕੀ ਤੁਹਾਨੂੰ ਲੱਗਦਾ ਕਿ ਸਮਰੱਥਾ ਦੇ ਵਿੱਚ ਹੋ ਤੁਸੀਂ ਕਿ ਅਗਲੀ ਸਰਕਾਰ ਤੁਹਾਡੀ ਹੋ ਸਕੇਗੀ, ਜਾਂ ਇਹ ਅਜੇ ਅੰਦਾਜ਼ੇ ਹੀ ਨੇ? ਦੇਖੋ ਗੱਲ ਸੁਣੋ ਜੀ, ਝਾੜੂ ਨਾਲ ਸਫਾਈ ਤਾਂ ਹੁੰਦੀ ਹੈ ਤਾਂ ਸਾਰਿਆਂ ਨੂੰ ਪਤਾ, ਪਰ ਝਾੜੂ ਦੇ ਨਾਲ ਹਨੇਰੀ ਵੀ ਆਉਂਦੀ ਹੈ ਨਾ, ਪੰਜਾਬ ਵਾਲੇ ਦਿਖਾ ਦੇਣਗੇ ਐਸੀ ਹਨੇਰੀ ਆਊਗੀ ਤੁਸੀਂ ਦੇਖ ਲੈਣਾ ਲੋਕ ਜਦੋਂ ਲੈ ਕੇ ਆਉਣਗੇ। ਦੂਸਰਾ, ਮੈਂ ਤੁਹਾਡੇ ਸਰੋਤਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਸ਼ਨਿਚਰਵਾਰ ਨੂੰ 5 ਤਰੀਕ ਨੂੰ ਮੈਂ ਇੱਥੇ 12 ਵਜੇ ਤੋਂ 3 ਵਜੇ ਤੱਕ ਆਰੀਆ ਬੈਂਕਟ ਹਾਲ ਹੋਊਂਗਾ, ਸਾਰੇ ਇਕੱਠੇ ਮਿਲ ਕੇ ਵਿਚਾਰ ਸਾਰੇ ਸਾਂਝੇ ਕਰਾਂਗੇ। ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਉੱਥੇ ਆਓ, ਇਕੱਠੇ ਨਾਲ ਮਿਲ ਕੇ ਆਪਾਂ ਬੈਠੀਏ। ਬਹੁਤ ਧੰਨਵਾਦ ਸਮੂਹ ਦਰਸ਼ਕਾਂ ਵੱਲੋਂ, ਸਾਡੇ ਮੀਡੀਆ ਦੇ ਵੱਲੋਂ ਆਪ ਦਾ, ਅਤੇ ਤੁਹਾਡੀ ਨੇਕ ਨੀਤੀ ਭਾਵਨਾ ਅਤੇ ਤੁਹਾਡੇ ਵੱਲੋਂ ਜੋ ਕਦਮ ਚੁੱਕੇ ਗਏ ਗੈਰ ਪੋਲੀਟੀਸ਼ੀਅਨ ਦੇ ਤੌਰ 'ਤੇ ਵੀ, ਅਤੇ ਆਸ ਕਰਦੇ ਹਾਂ ਕਿ ਪੋਲੀਟੀਸ਼ੀਅਨ ਦੇ ਤੌਰ 'ਤੇ ਵੀ ਜੋ ਕਰੋਗੇ, ਇੱਕ ਸਰਦਾਰ ਫੂਲਕਾ ਦਾ ਜਿਹੜਾ ਇੱਕ ਅਕਸ ਹੈ ਉਹ ਕਾਇਮ ਰਹੇਗਾ। ਸੋ ਸ਼ੁਭਕਾਮਨਾਵਾਂ ਜੀ, ਬਹੁਤ ਬਹੁਤ ਮਿਹਰਬਾਨੀ। ਅੱਜ ਦਾ ਸਰਪ੍ਰਾਈਜ਼ ਵੇਖਣ ਤੋਂ ਬਾਅਦ ਪੂਰੀ ਦੁਨੀਆ ਨੂੰ ਅਸਲੀ ਪਿਆਰ ਦਾ ਪਤਾ ਚੱਲ ਜਾਏਗਾ। ਅਸਲੀ ਪਿਆਰ ਯਾਨੀ ਫਾਈਬਰਟੈਕ quality products behtareen designs ki gall hai aaj fiber tech to kitchen sink kar leke jana hai ya fir supne hi dekhi jane hai fiber tech distributors serves all across north america 604-507-2199 fibertechbc.ca triple a auto body apne pran di banvi vich one of the biggest icbc authorized auto body shop ਜਿਨ੍ਹਾਂ ਕੋਲ ਐਕਸਪ੍ਰੈਸ ਵੈਲੇ ਸਰਵਿਸ ਤੋਂ ਇਲਾਵਾ ਐਕਸਪੀਰੀਅੰਸ ਅਤੇ ਸਰਟੀਫਾਈਡ ਟੈਕਨੀਸ਼ੀਅਨਸ ਵੀ ਹਨ, ਅਤੇ ਬਿਨਾਂ ਸ਼ੱਕ ਹਾਈਟੈਕ ਕੰਪਿਊਟਰਾਈਜ਼ਡ ਪੇਂਟ ਸ਼ਾਪ ਬੂਥ ਦੀ ਵੀ ਫੈਸਿਲਿਟੀ ਹੈਗੀ। ਤੁਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ, ਪੇਂਟਿੰਗ ਜਾਂ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਹਰਮੇਸ਼ ਸ਼ਰਮਾ 604-299-1054। ਦੇ ਕੈਨ ਹੈਂਡਲ ICBC ਕਲੇਮ ਐਂਡ ਇੰਸਪੈਕਸ਼ਨ ਇੰਡੀਪੈਂਡੈਂਟਲੀ। ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ, ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਅਤੇ ਇਫੈਕਟਿਵ ਇਲਾਜ ਲੱਭਣਾ ਤੁਹਾਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਏਪੈਕਸ ਫਿਜ਼ੀਓਥੈਰੇਪੀ 'ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਅਤੇ ਡਾਇਗਨੋਸਿਸ ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ ਹਾਂ। ਇੰਜਰੀ ਕੇ ਬਾਅਦ ਸਰੀਰ ਕੇ ਕੁਝ ਜੋੜ ਪੂਰੀ ਤਰ੍ਹਾਂ ਮੂਵ ਨਹੀਂ ਕਰਦੇ ਜਾਂ ਡਿਸਕ ਦਬ ਜਾਂਦੀ ਹੈ, ਜਿਹਨੇ ਹਮ ਮੋਬਲਾਈਜ ਮੈਨੀਪੂਲੇਟ ਜਾਂ ਅਟ੍ਰੈਕਸ਼ਨ ਸੇ ਠੀਕ ਕਰ ਸਕਦੇ ਹਾਂ। ਇੰਜਰੀਜ਼ ਕੈਨ ਕੌਜ਼ ਇਨਕਰੀਸ ਸੈਂਸਿਟੀਵਿਟੀ ਟੂ ਪੇਨ ਐਂਡ ਲਾਸ ਆਫ ਫੰਕਸ਼ਨ ਵਿਚ ਕੈਨ ਬੀ ਟ੍ਰੀਟਡ ਬਾਈ ਐਕੂਪੰਕਚਰ ਐਂਡ ਫੰਕਸ਼ਨਲ ਡ੍ਰਾਈ ਨੀਡਲਿੰਗ। ਹਰ ਇੱਕ ਇੰਜਰੀ ਤੁਹਾਨੂੰ ਤੇ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ, ਅਸੀਂ ਇੱਥੇ ਉਹਨਾਂ ਦੀ ਸਪੈਸਿਫਿਕ ਐਕਸਰਸਾਈਜ਼, ਸਟ੍ਰੈਚਿੰਗ ਤੇ ਸਟਿਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ। ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤੇ ਇੱਕ ਵਾਰ ਸਾਡੇ ਕਲੀਨਿਕ ਤੇ ਜ਼ਰੂਰ ਆਓ। ਯੂ ਵਿਲ ਫੀਲ ਦ ਡਿਫਰੈਂਸ। ਕੀ ਹੋਇਆ? ਕਿਸੇ ਨਾਲ ਲੜਕੇ ਹੈਗੀਆਂ? ਤਾਂ ਤਾਂ ਹਰ ਵੇਲੇ ਮਜ਼ਾਕ ਹੀ ਸੁੱਝਦਾ ਹੈ। ਕੀ ਹੋਇਆ? ਆ ਮੰਮੀ ਡੈਡੀ ਨੂੰ ਇੰਡੀਆ ਤੋਂ ਸੁਪਰ ਵੀਜ਼ੇ ਤੇ ਮੰਗਾਉਣ ਲਈ ਇਮੀਗ੍ਰੇਸ਼ਨ ਨੇ ਮੇਰੀਆਂ ਗੁੱਡੀਆਂ ਘਮਾਈਆਂ ਪਈਆਂ ਨੇ। ਕੀ ਕਹਿੰਦੇ ਆ? ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗੋਡ,
ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ? ਹਾਂ ਇੰਨੀ ਕੀ ਗੱਲ। ਜਦੋਂ ਆਪਾਂ ਨਾ ਕਰਾਉਣ ਇਮੀਗ੍ਰੇਸ਼ਨ ਦੇ ਰਾਜਪਾਲ ਪੋਲੀਟੀਕਲ ਨੂੰ ਮਿਲੇ ਨਾ ਤਾਂ ਉਹਨਾਂ ਨੇ ਕੰਮ ਮਿੰਟਾਂ ਸਕਿੰਟਾਂ 'ਚ ਕਰ ਦੇਣੇ ਨੇ। ਸੱਚੀ ਮੈਂ ਤਾਂ ਐਵੇਂ ਘਬਰਾ ਗਈ ਸੀਗੀ। 9057887744 12375 King George Highway, Surrey. Call 580-7755. Hey, remote.